ਵਾਹਿਗੁਰੂ ਸਾਹਿਬ ਜੀ ਏਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪਾਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਸੀ ਭੀ ਸੱਚ ਸਰਦਾਰ ਕੋ ਛਾੜਕ ਗਇਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਰੂ ਮਹੱਲਾ ਪੰਜਵਾ ਮੋਹਨੇ ਮੋਹੇ ਲੀਏ ਤੈ ਦੁਨੀਆ ਲੋਭ ਵਿਆਪੀ ਝੂਠੀ ਦੁਨੀਆ ਮੇਰੀ ਮੇਰੀ ਕਰ ਕੈ ਸੰਚੀ ਅੰਤ ਕੀ ਵਾਰ ਸਗਲ ਦੇ ਛਲੀਆ ਮੋਹਨੇ ਮੋਹੇ ਲੀਏ ਤੈ ਦੁਨੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋ ਚਵਰ ਸ਼ਤਰ ਤਖਤ ਦੇ ਮਾਲਕ ਮੂਰਤਾ ਗਦੀ ਦੇ ਤਖਤ ਦੇ ਸੁਭਾਏ ਮਾਨ ਪ੍ਰਗਟ ਗੁਰਾਂ ਕੀ ਦੇ ਪ੍ਰਤਾਕਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਰਮ ਪਵਿੱਤਰ ਹਜ਼ੂਰੀ ਅੰਦਰ ਜੁੜਮਿਲ ਬੈਠੇ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ ਆਓ ਮਹਾਰਾਜ ਸਾਹਿਬ ਜੀ ਦੀਆਂ ਬਖਸ਼ਾਂ ਪ੍ਰਾਪਤ ਕਰੀਏ ਸਾਰੀ ਸੰਗਤ ਰਸਨਾ ਕਰੋ ਪਵਿੱਤਰ ਰੱਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਿੱਥੇ ਆਪਾਂ ਲੜੀਵਾਰ ਕਥਾ ਵਿਚਾਰ ਕਰਨੀ ਹੈ ਗੁਰਬਾਣੀ ਦੀ ਉੱਥੇ ਫੱਗਣ ਮਹੀਨੇ ਦੀ ਸੰਗਰਾਂਦ ਦਾ ਜੋ ਮਹਾਰਾਜ ਨੇ ਉਪਦੇਸ਼ ਬਖਸ਼ਿਆ ਹੈ ਇਹ ਵੀ ਆਪਾਂ 8 ਵਜਣ ਤੋਂ 10 ਮਿੰਟ ਪਹਿਲਾਂ ਵਿਚਾਰ ਕਰਾਂਗੇ ਜੋ ਸੰਗਰਾਂਦ ਦੀ ਮਹਾਰਾਜ ਵੱਲੋਂ ਸਿੱਖਿਆ ਹੈ ਉਸ ਤੋਂ ਪਹਿਲਾਂ ਆਓ ਸਹਿਜ ਪਾਠ ਸੰਥਿਆ ਦੀ ਹਾਜ਼ਰੀ ਭਰੀਏ 1004 ਅੰਗ ਤੇ ਮਾਰੂ ਰਾਗ ਦੇ ਅੰਦਰ
ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਮੁਖਾਰਬਿੰਦ ਪ੍ਰਗਟ ਹੋਈ ਇਹ ਗੁਰਦਰ ਗੁਰਬਾਣੀ ਹੈ। ਮੋਹਨੀ ਮੋਹੇ ਦੀਏ ਤ੍ਰੈ ਗੁਨੀਆ, ਮੋਹਨੀ ਕਹਿੰਦੇ ਨੇ ਮੋਹ ਲੈਣ ਵਾਲੀ, ਛਲ ਲੈਣ ਵਾਲੀ, ਜੋ ਧੋਖਾ ਦੇ ਕੇ ਆਪਣੇ ਵੱਸ ਕਰਨ ਵਾਲੀ ਮਾਇਆ। ਮਹਾਰਾਜ ਕਹਿੰਦੇ ਭਾਈ ਇਹ ਮਾਇਆ ਬੜੀ ਬਲਵਾਨ ਹੈ, ਜਿਹੜੇ ਨਾਮ ਨਹੀਂ ਜਪਦੇ। ਤੇ ਮੋਹ ਲੈਣ ਵਾਲੀ ਮਾਇਆ ਨੇ ਮੋਹੇ ਦੀਏ ਤ੍ਰੈ ਗੁਨੀਆ, ਤਿੰਨੇ ਗੁਣਾਂ ਬਾਰੇ ਸਾਰੇ ਜਿਹੜੇ ਜੀਵ ਨੇ ਨਾ ਉਹ ਮੋਹਿਤ ਕਰ ਲਈਏ ਲਏ ਹਨ, ਭਾਵ ਕਿ ਆਪਣੇ ਵੱਸ ਕੀਤੇ ਨੇ। ਭਾਵੇਂ ਕੋਈ ਸਤੋਗੁਣੀ ਸੁਭਾਅ ਵਾਲਾ ਹੈ, ਭਾਵੇਂ ਕੋਈ ਰਜੋਗੁਣੀ ਸੁਭਾਅ ਦਾ ਹੈ, ਭਾਵੇਂ ਕੋਈ ਤਮੋ ਗੁਣੀ ਹੈ, ਸਾਰੇ ਜੀਵ ਮਾਇਆ ਨੇ ਆਪਣੇ ਵੱਸ ਕੀਤੇ ਹਨ। ਲੋਭ ਵਿਆਪੀ ਝੂਠੀ ਦੁਨੀਆ ਅਤੇ ਝੂਠੀ ਮਿਥਿਆ ਜਿਹੜੀ ਦੁਨੀਆ ਸ੍ਰਿਸ਼ਟੀ ਹੈ ਨਾ ਨਾਸਵੰਤ, ਇਹ ਸਾਰੀਆਂ ਇਸ ਮਾਇਆ ਦੇ ਲੋਭ ਲਾਲਚ ਚ ਲੱਗੀ ਹੋਈ ਹੈ। ਇਕੱਠੀ ਕਰਨ ਅੰਦਰ ਮੇਰੀ ਮੇਰੀ ਕਰ ਕੈ ਸੰਚੀ, ਮੇਰੀ ਮੇਰੀ ਕਰ ਕੈ ਸੰਚੀ, ਜੀਵਾਂ ਨੇ ਮੇਰੀ ਮਾਇਆ ਇੱਦਾਂ ਕਰਦੇ ਆ, ਮੇਰੀ ਮੇਰੀ ਕਰਕੇ ਕਹਿੰਦੇ ਮਾਇਆ ਬਹੁਤ ਹੀ ਸੰਚੀ ਇਕੱਤਰ ਕੀਤੀ ਸੀ ਜਿਨ੍ਹਾਂ ਨੇ। ਅੰਤ ਕੀ ਵਾਰ ਸਗਲ ਲੈ ਛਲੀਆ, ਅੰਤ ਅਖੀਰ ਦੀ ਵਾਰੀ ਨਾ ਉਹ ਸਾਰਿਆਂ ਨੂੰ ਛਲੀਆ ਛਾੜੀ ਲੈਂਦੀ ਹੈ ਮਾਇਆ। ਅੰਤ ਕੀ ਵਾਰ ਅਖੀਰ ਦੇ ਸਮੇਂ ਤੇ ਸਗਲ ਲੈ ਛਲੀਆ, ਛਲ ਨਾਮ ਹੁੰਦਾ ਵੀ ਧੋਖਾ ਦੇਣਾ, ਵੀ ਸਭ ਨੂੰ ਧੋਖਾ ਦੇ ਦਿੰਦੀ ਹੈ, ਕਿਸੇ ਦੀ ਵੀ ਸੰਗੀ ਸਾਥਣ ਨਹੀਂ ਪਈ, ਕਿਸੇ ਦੇ ਨਾਲ ਸਹਾਇਤਾ ਕਰਨ ਨਹੀਂ ਗਈ। ਨਿਰਭਉ ਨਿਰੰਕਾਰ ਦਇਆਲੀਆ, ਤੇ ਜੋ ਪਰਮੇਸ਼ਰ ਮਹਾਰਾਜ ਕਹਿੰਦੇ ਨਿਰਭਉ ਨਿਰੰਕਾਰ, ਜੋ ਵਾਹਿਗੁਰੂ ਨਿਰਭਉ ਡਰ ਤੋਂ ਰਹਿਤ ਤੇ ਨਿਰੰਕਾਰ ਆਕਾਰ ਤੋਂ ਰਹਿਤ, ਜਿਹਦਾ ਕੋਈ ਮਾਇਆ ਵੀ ਸਰੂਪ ਨਹੀਂ ਹੈ, ਦਇਆਲੀਆ ਤੇ ਦਿਆਲੂ ਸੁਭਾਅ ਵਾਲਾ ਹੈ। ਜੀਵ ਜੰਤ ਸਗਲੇ ਪ੍ਰਤਿਪਲੀਆ, ਉਹ ਮਾਲਕ ਹੀ ਸਾਰੇ ਜੀਵ ਸਥੂਲ ਜੀਵ ਅਤੇ ਜੰਤ ਸੂਖਮ ਜੀਵ ਸਗਲੇ ਪ੍ਰਤਿਪਲੀਆ ਸਾਰਿਆਂ ਦੇ ਪ੍ਰਤੀ ਤਾਈ ਪਾਲਣਾ ਕਰਦਾ ਹੈ, ਸਭ ਦਾ ਪ੍ਰਤਿਪਾਲਕ ਹੈ। ਇੱਕ ਵਪਾਰਿਕ ਨੇ ਕਈ ਪੁਰਖਾਂ ਨੇ ਮਹਾਰਾਜ ਕਹਿੰਦੇ ਸ਼ਰਮ ਕਰ, ਸ਼ਰਮ ਹੁੰਦਾ ਕਸ਼ਟ ਦੇ ਨਾਲ, ਬਹੁਤ ਹੀ ਮਿਹਨਤ ਕਰ ਕਰਕੇ ਨਾ ਗਾਡੀ ਗੱਡ ਹੈ ਮਾਇਆ ਜਿਹੜੀ ਹੈ ਨਾ ਗੱਡ ਨਾਮ ਟੋਆ ਪੱਟ ਕੇ ਤੇ ਟੋਇਆਂ ਦੇ ਵਿੱਚ ਹੀ ਗਾਡੀ ਦੱਬੀ ਹੋਈ ਹੈ। ਕਈ ਇਹੋ ਜਿਹੇ ਪੁਰਖ ਹਨ ਜਿਹੜੇ ਸ਼ਰਮ ਕਸ਼ਟ ਕਰਦੇ ਨੇ, ਬਹੁਤ ਦੁੱਖ ਸਹਾਰ ਕੇ ਮਾਇਆ ਨੂੰ ਟੋਏ ਪੁੱਟ ਕੇ ਧਰਤੀ 'ਚ ਦੱਬੀ ਰੱਖਦੇ ਹਨ। ਹੁਣ ਵੀ ਤਹਿਖਾਨੇ ਖੁੱਲ੍ਹਦੇ ਨੇ ਨਾ ਕਈ ਵਾਰ, ਤਹਿਖਾਨਿਆਂ ਦੇ ਵਿੱਚੋਂ ਅਰਬਾਂ ਖਰਬਾਂ ਧਨ ਜਿਹੜਾ ਹੈ ਲੋਕ ਜਿਨ੍ਹਾਂ ਨੇ ਲੁਕਾ ਕੇ ਰੱਖਿਆ ਹੋਵੇ ਤੇ ਫਿਰ ਉਹ ਬਾਹਰ ਨਿਕਲਦਾ ਫਿਰ ਪਤਾ ਲੱਗਦਾ, ਜਾਂ ਪਿਛਲੇ ਸਮਿਆਂ ਦੇ ਵਿੱਚ ਦੱਬ ਕੇ ਰੱਖਦੇ ਸਨ, ਹੁਣ ਵੀ ਦੱਬ ਕੇ ਰੱਖਦੇ ਨੇ, ਤਜੋਰੀਆਂ 'ਚ ਦੱਬਣਾ ਜਾਂ ਲੌਕਰਾਂ ਦੇ ਵਿੱਚ ਦੱਬਣਾ, ਇਹ ਸਾਰਾ ਹੀ ਪ੍ਰਸੰਗ ਵਿੱਚ ਆ ਜਾਏਗਾ। ਤੇ ਕਈ ਬਹੁਤ ਹੀ ਮਿਹਨਤ ਕਰਕੇ ਤੇ ਟੋਇਆਂ ਦੇ ਵਿੱਚ ਮਾਇਆ ਨੂੰ ਗੱਡਦੇ ਹਨ, ਟੋਏ ਪੱਟ ਕੇ ਨੱਪ ਕੇ ਰੱਖਦੇ ਹਨ। ਇੱਕ ਹੈ ਸੁਪਨੇ ਦਾਮ ਨਾ ਛੱਡ ਹੈ, ਇੱਕ ਹੈ ਸੁਪਨੇ ਦਾਮ ਨਾ ਛੱਡ ਹੈ, ਛੱਡ ਤੇ ਹੈ ਵੱਖੋ ਵੱਖਰਾ ਪਾਠ ਹੈ। ਮਹਾਰਾਜ ਸਾਹਿਬ ਕਹਿੰਦੇ ਇੱਕ ਹੈ ਇੱਕ, ਕਈ ਪੁਰਖ ਜਿਹੜੇ ਨੇ ਨਾ ਸੁਪਨਾ ਵੀ ਆਵੇ ਨਾ ਰਾਤ ਨੂੰ ਤੇ ਸੁਪਨੇ ਵਿੱਚ ਵੀ ਦਾਮ ਦਮੜੇ ਜਿਹੜੇ ਹਨ
ਉਹ ਛੱਡਦੇ ਨਹੀਂ ਹੈ ਦਾ ਭਾਵ ਹਨ, ਉਹ ਛੱਡਦੇ ਨਹੀਂ ਹੈ। ਸੁੱਤਿਆਂ ਵੀ ਮਾਇਆ ਦੀ ਪਕੜ ਹੈ, ਇੱਕ ਐਸੇ ਪੁਰਖ ਹਨ ਮਾਇਆ ਨੇ ਦੱਬੇ ਹੋਏ ਨੇ ਜੀਵ ਸਾਰੇ। ਰਾਜ ਕਮਾਏ ਕਰੀ ਜਨ ਥੈਲੀ, ਰਾਜ ਕਮਾਏ ਰਾਜ ਕਮਾ ਕੇ ਪਾ ਕੇ ਕਈ ਇਲਾਕਿਆਂ ਦੇ ਰਜਵਾੜੇ ਮਾਲਕ ਬਣ ਕੇ ਕਰੀ ਜਿਨ ਥੈਲੀ, ਜਿਨ੍ਹਾਂ ਨੇ ਮਾਇਆ ਦੀ ਥੈਲੀ ਨਾਲ ਮੈਂ ਗੁਸਲੀ ਇਕੱਠੀ ਕਰ ਲਈ, ਮਾਇਆ ਦੇ ਖਜ਼ਾਨੇ ਦੌਲਤਾਂ ਜੋੜਦੀਆਂ ਬਹੁਤ ਸਾਰੀਆਂ। ਤਾਕੈ ਸੰਗ ਨਾ ਚੰਚਲ ਚਲਿਆ, ਤੇ ਮਾਇਆ ਨੂੰ ਚੰਚਲ ਕਿਹਾ ਹੈ। ਚੰਚਲ ਉਹਨੂੰ ਕਹਿੰਦੇ ਜੋ ਇੱਕ ਥਾਂ ਨਾ ਠਹਿਰੇ, ਇੱਕ ਥਾਂ ਨੀ ਠਹਿਰਦੀ ਕਿਸੇ ਦੇ ਕੋਲ। ਤਾਕੈ ਸੰਗ ਨਾ ਚੰਚਲ ਚਲਿਆ, ਕਹਿੰਦੇ ਵੀ ਇਸ ਚੰਚਲ ਮਾਇਆ ਉਹਨਾਂ ਦੇ ਨਾਲ ਵੀ ਨੀ ਚੱਲੀ ਆ ਚੱਲਦੀ ਜਾਂਦੀ, ਜਿਨ੍ਹਾਂ ਨੇ ਬਹੁਤ ਸਾਰੀ ਖਜ਼ਾਨਿਆਂ ਦੇ ਕਤਲ ਕੀਤੇ। ਆਪਣੇ ਜਿੰਦ ਬਦਲੇ, ਸਵਾਸਾਂ ਬਦਲੇ, ਮਾਇਆ ਬਦਲੇ ਆਪਣੀ ਜ਼ਿੰਦਗੀ, ਆਪਣੇ ਸਵਾਸ ਖਰਾਬ ਕਰ ਲੈਂਦੇ ਨੇ, ਪਰ ਮਾਇਆ ਨੀ ਛੱਡਦੇ। ਇਸ ਪ੍ਰਕਾਰ ਕਈ ਤੇ ਜਿੰਦ ਜਾਣ ਤੋਂ ਹੀ ਸਰੀਰ ਤੋਂ ਵੀ ਮਾਇਆ ਨੂੰ ਪਿਆਰੀ ਸਮਝਦੇ ਹਨ। ਏਕ ਸੰਚੇ ਤਜ ਬਾਪ ਮਹਿ ਤਾਰੀ, ਮਾਇਆ ਦਾ ਪ੍ਰਭਾਵ ਆ ਵੇਖੋ ਭਾਈ। ਏਕ ਸੰਚੀ, ਇੱਕ ਨਾ ਕਈ ਪੁਰਖਾਂ ਨੇ ਮਹਾਰਾਜ ਕਹਿੰਦੇ ਮਾਇਆ ਖਤਰ ਕੀਤੀ ਹੈ। ਤਜ ਬਾਪ ਮਹਿ ਤਾਰੀ, ਆਪਣੇ ਬਾਪ ਪਿਓ ਤੇ ਮਹਿ ਤਾਰੀ ਮਾਤਾ ਜੀ ਨੇ ਜਨਮ ਦਿੱਤਾ ਹੈ, ਉਹਨਾਂ ਦੀ ਸੇਵਾ ਕਰਨੀ ਛੱਡ ਕੇ ਤੇ ਕਦੀ ਮਾਇਆ ਹੀ ਕਤਲ ਕੀਤੀ ਹੈ। ਕਈ ਲੋਕ ਐਸੇ ਨੇ ਵੀ ਮਾਂ ਬਾਪ ਨੂੰ ਤਿਆਗ ਦਿੰਦੇ ਨੇ ਤੇ ਬਸ ਮਾਇਆ ਕਤਲ ਕਰਨ ਦੇ ਵਿੱਚ ਹਨ। ਮਾਇਆ ਖਾਤਰ ਮਾਈ ਬਾਪ ਨੂੰ ਵੀ ਧੱਕਾ ਦੇ ਦਿੰਦੇ ਨੇ ਬਹੁਤ। ਜੇ ਆਪਾਂ ਇਸ ਪਾਸੇ ਨੂੰ ਜਾਈਏ ਤੇ ਬੜੇ ਸਾਧ ਸੰਗਤ ਪ੍ਰਸੰਗ ਸਾਹਮਣੇ ਆ ਜਾਣਗੇ। ਕਈ ਵਿਦੇਸ਼ਾਂ ਦੇ ਵਿੱਚ ਗਏ ਨੇ ਤੇ ਆਪਣੀਆਂ ਆਪਣੇ ਮਾਈ ਬਾਪ ਨੂੰ ਬਿਰਧ ਆਸ਼ਰਮ ਦੇ ਆਸ਼ਰਮਾਂ ਦੇ ਵਿੱਚ ਛੱਡ ਕੇ ਨੇ, ਕਹਿੰਦੇ ਵੀ ਸਾਡੇ ਕੋਲ ਉੱਥੇ ਸਾਂਭੇ ਨਹੀਂ ਜਾਂਦੇ। ਕਈ ਪੁਰਖ ਅਰਦਾਸ ਗੁਰਾਂ ਆਉਂਦੇ ਨੇ ਨਾਢਾ ਸਾਹਿਬ, ਉੱਥੇ ਦੁੱਖ ਆਪਣਾ ਦੱਸਦੀ ਆ ਸੰਗਤ ਫਿਰ ਵੀ ਬੱਚੇ ਕਹਿੰਦੇ ਬਸ ਜ਼ਮੀਨ ਸਾਡੇ ਨਾਲ ਕਰ ਦਿਓ, ਆ ਘਰ ਸਾਡੇ ਨਾਲ ਕਰ ਦਿਓ, ਅਸੀਂ ਉਹ ਨਹੀਂ ਤੁਹਾਡੇ ਨਾਲ ਰਹਿਣਾ। ਇਹ ਮਹਾਰਾਜ ਨੇ ਉਹ ਇਸ਼ਾਰਾ ਲਿਆ ਹੈ ਸਾਰਾ ਹੀ ਵੀ ਕਈ ਇੱਕ ਐਸੇ ਹਨ ਵੀ ਮਾਤਾ ਪਿਤਾ ਦੀ ਸੇਵਾ ਕਰਨੀ ਸੰਭਾਲ ਕਰਨੀ ਛੱਡ ਕੇ ਤੇ ਮਾਇਆ ਹੀ ਕਤਲ ਕਰਦੇ ਹਨ। ਸੁੱਤ ਮੀਤ ਭਰਾਤ ਤੇ ਗੁਹਜੀ, ਕਈਆਂ ਨੇ ਮਹਾਰਾਜ ਕਹਿੰਦੇ ਵੀ ਆਪਣੇ ਪੁੱਤਰਾਂ ਤੋਂ, ਕਈਆਂ ਨੇ ਆਪਣੇ ਮਿੱਤਰ ਤੇ ਭਰਾਤ ਤੇ ਗੁਹਜੀ ਭਰਾਵਾਂ ਤੋਂ ਵੀ ਗੁਹਜੀ ਲੁਕਾ ਕਰਕੇ ਜੋ ਰੱਖੀ ਹੋਈ ਹੈ ਮਾਇਆ, ਪਰ ਦੱਸਦੇ ਨੀ ਕਿਸੇ ਦੀ ਸਹਾਇਤਾ ਹਿੱਤ ਵੀ। ਤਾਕੈ ਨਿਕਟ ਨਾ ਹੋਈ ਖਲੀਆ, ਪਰ ਅੰਤ ਦੇ ਸਮੇਂ ਉਹਨਾਂ ਦੇ ਵੀ ਨੇੜੇ ਮਾਇਆ ਖਲੀਆ ਖੜੀ ਨੀ ਹੋਈ, ਟਿਕਦੀ ਨੀ ਆ ਉਹਨਾਂ ਦੇ ਪਾਸ ਵੀ, ਜਿਹੜੇ ਲੁਕੋ ਲੁਕੋ ਕੇ ਵੀ ਰੱਖਦੇ ਹਨ। ਹੋਏ ਅਵਧੂਤ ਬੈਠੇ ਲਾਏ ਤਾਰੀ, ਫਿਰ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਵੇਖੋ ਭਾਈ, ਹੋਏ ਅਵਧੂਤ ਵੀ ਕਈ ਇੱਕ ਐਸੇ ਨੇ ਜਿਹੜੇ ਅਦੂਤ ਤਿਆਗੀ ਹੋ ਕਰਕੇ ਸਭ ਕੁਝ ਤਿਆਗ ਕੇ ਬੈਠੇ ਲਾਏ ਤਾਰੀ ਤੇ ਤਾਰੀ ਸਮਾਧੀ ਲਾ ਕੇ ਬੈਠਦੇ ਹੋ ਇਕਾਂਤ ਦੇ ਵਿੱਚ, ਪਹਾੜਾਂ ਦੀਆਂ ਕੰਦਰਾਂ ਦੇ ਵਿੱਚ, ਗੁਫਾਵਾਂ ਦੇ ਵਿੱਚ। ਸੋ ਇਸ ਪ੍ਰਕਾਰ ਸਮਾਧੀ ਲਾ ਕੇ ਜੰਗਲਾਂ 'ਚ ਬੈਠਦੇ ਹਨ ਕਈ ਯੋਗੀ ਜਤੇ ਪੰਡਿਤ ਵਿਚਾਰੇ, ਕਈ ਆਪਣੇ ਆਪ ਨੂੰ ਯੋਗ ਮਤ ਵਾਲੇ ਜਿਹੜੇ ਉਹ ਯੋਗੀ ਕਹਾਉਂਦੇ ਨੇ ਵੀ ਅਸੀਂ ਜੁੜੇ ਹੋਏ ਹਾਂ ਯੋਗ ਸਾਧਨਾ ਦੇ ਦੁਆਰਾ ਪਰਮੇਸ਼ਰ ਨਾਲ, ਅਤੇ ਕਈ ਜਤੀ
ਵੀ ਅਸੀਂ ਜਾਪਤ ਸਤ ਕਾਇਮ ਰੱਖਿਆ ਹੈ, ਸਰੀਰਾਂ ਨੂੰ ਸਪਰਸ਼ ਨਹੀਂ ਕੀਤਾ ਤੇ ਪੰਡਤ ਵਿਚਾਰੀ ਤੇ ਕਈ ਪੰਡਿਤ ਵਿਦਵਾਨ ਪਰਮਾਰਥ ਦੀਆਂ ਰੱਬ ਦੀਆਂ ਗੱਲਾਂ ਸੁਣਾਉਣ ਵਾਲੇ ਵਿਚਾਰੀ ਵਿਚਾਰਵਾਨ ਕਹਿੰਦੇ ਨੇ ਵੀ ਸਾਡੇ ਵਰਗਾ ਵਿਦਵਾਨ ਕੋਈ ਨਹੀਂ ਹੈ, ਵਿਚਾਰਵਾਨ ਕੋਈ ਨਹੀਂ ਹੈ। ਗ੍ਰਹਿ ਮੜੇ ਮਸਾਣੇ ਬਨ ਮਹਿ ਬਸਤੇ, ਜਿਹੜੇ ਮਹਾਰਾਜ ਕਹਿੰਦੇ ਵੀ ਗ੍ਰਹਿ ਆਪਣਾ ਘਰ, ਜਿਵੇਂ ਘਰ ਦੇ ਵਿੱਚ ਗ੍ਰਿਸ਼ਤੀ ਰਹਿੰਦੇ ਨੇ ਪੰਡਿਤ ਲੋਕ, ਅਤੇ ਮੜੀ ਮਸਾਣੀ ਮੜੀ ਕਬਰਾਂ ਦੇ ਵਿੱਚ ਤਿਆਗੀ ਲੋਕ ਜਿਹੜੇ ਹਨ ਮੜੀਆਂ ਕਬਰਾਂ ਦੇ ਵਿੱਚ ਮਸਾਣੀ ਮਸਾਣਾ ਦੇ ਵਿੱਚ, ਅਤੇ ਬਨ ਮਹਿ ਬਸਤੇ, ਤੇ ਕਈ ਜਿਹੜੇ ਲੋਕ ਹਨ ਜੰਗਲਾਂ ਦੇ ਵਿੱਚ ਵੱਸਦੇ ਹਨ ਜਾ ਕਰਕੇ ਵੀ ਘਰ ਬਾਰ ਛੱਡਿਆ ਹੋਇਆ ਹੈ। ਮਗਰ ਪੈ ਕੇ ਉਹਨਾਂ ਸਾਰਿਆਂ ਦੇ ਹਿਰਦੇ ਰੂਪੀ ਪੱਲੇ ਵਿੱਚ ਲਾਗੀ ਲੱਗੀ ਹੋਈ ਹੈ, ਉਹਨਾਂ ਨੂੰ ਜਾ ਕੇ ਚਿੰਬੜ ਜਾਂਦੀ ਹੈ ਮਾਇਆ, ਉਹਨਾਂ ਦੇ ਵੀ ਆਪਣਾ ਪ੍ਰਭਾਵ ਪਾਉਂਦੀ ਹੈ। ਗ੍ਰਿਸ਼ਤੀ ਤੋਂ ਲੈ ਕੇ ਤਿਆਗੀ ਦੀ ਕੋਲ ਕੋਈ ਨੀ ਬਚਿਆ ਇਸ ਤੋਂ। ਕਾਟੇ ਬੰਧਨ ਠਾਕੁਰ ਜਾਗੇ, ਪਰ ਮਹਾਰਾਜ ਫਿਰ ਬਚਿਆ ਕੌਣ ਹੈ? ਸਾਹਿਬ ਜੀ ਕਹਿੰਦੇ ਕਾਟੇ ਬੰਧਨ ਠਾਕੁਰ ਜਾਗੇ, ਜਿਨ੍ਹਾਂ ਦੇ ਪਰਮੇਸ਼ਰ ਨੇ ਆਪ ਮਾਇਆ ਮੋਹ ਵਾਲੇ ਬੰਧਨ ਦੇ ਜਾਲ ਕੱਟ ਦਿੱਤੇ ਹਨ, ਆਪ ਹੀ ਮਹਾਰਾਜ ਨੇ ਜਿਹੜੇ ਮੁਕਤ ਕਰ ਦਿੱਤੇ ਨੇ। ਹਰ ਹਰ ਨਾਮ ਬਸਿਓ ਜੀ ਤਾਕੈ, ਉਹਨਾਂ ਦੇ ਹਰ ਹਰ ਪਰਮੇਸ਼ਰ ਦਾ ਜਿਹੜਾ ਨਾਮ ਹੈ ਨਾ ਜੀ ਹਿਰਦੇ ਵਿੱਚ ਆ ਕੇ ਵੱਸ ਗਿਆ, ਨਹੀਂ ਤੇ ਸਾਰੇ ਹੀ ਮਾਇਆ ਦੇ ਪਿੱਛੇ ਲੱਗੇ ਨੇ। ਮਾਇਆ ਦੇ ਕਈ ਰੂਪ ਨੇ, ਇੱਕ ਇਹ ਰੁਪਇਆਂ ਦਾ ਰੂਪ ਹੈ, ਪੈਸਿਆਂ ਦਾ ਇਹ ਵੀ ਮਾਇਆ ਦਾ ਰੂਪ ਹੈ, ਇੱਕ ਪੁਰਾਏ ਸਰੂਪਾਂ ਨੂੰ ਵੇਖਣਾ ਭੈੜੀ ਨਿਗਾਹ ਨਾਲ ਇਹ ਵੀ ਮਾਇਆ ਹੈ, ਉਹ ਹਰ ਇੱਕ ਚੀਜ਼ ਮਾਇਆ ਹੈ ਜਿਹਦੇ ਨਾਲ ਪਰਮੇਸ਼ੁਰ ਭੁੱਲ ਜਾਵੇ, ਭਾਵੇਂ ਉੱਚਾ ਅਹੁਦਾ ਹੋਵੇ, ਭਾਵੇਂ ਸਰੀਰ ਆਪਣੇ ਦੀ ਸੁੰਦਰਤਾ ਦਾ ਮਾਣ ਹੋਵੇ, ਭਾਵੇਂ ਆਪਣੀ ਵਿਦਵਤਾ ਦਾ ਮਾਣ ਹੋਵੇ, ਜਾਤ ਦਾ ਮਾਣ ਹੋਵੇ, ਜਿਨ੍ਹਾਂ ਕਰਕੇ ਜੀਵਨ ਗਰਕ ਹੁੰਦਾ, ਉਹ ਸਭ ਮਾਇਆ ਦੇ ਪ੍ਰਕਾਰ ਹਨ। ਤੇ ਮਹਾਰਾਜ ਕਹਿੰਦੇ ਮਾਇਆ ਤੋਂ ਮੁਕਤ ਉਹੀ ਹੋਏ ਨੇ ਜਿਨ੍ਹਾਂ ਦੇ ਹਿਰਦੇ ਚ ਵਾਹਿਗੁਰੂ ਨੇ ਆਪ ਆਪਣਾ ਨਾਮ ਬਖਸ਼ਿਆ, ਜਿਨ੍ਹਾਂ ਦੇ ਹਿਰਦੇ ਚ ਨਾਮ ਵਸਾ ਦਿੱਤਾ, ਉਹ ਬੰਧਨਾਂ ਤੋਂ ਮੁਕਤ ਹੋ ਗਏ ਨੇ ਮਾਇਆ ਦੇ। ਸਾਧ ਸੰਗ ਭਏ ਜਨ ਮੁਕਤੇ, ਤੇ ਮੁਕਤ ਹੋਏ ਕਿਵੇਂ ਨੇ? ਸਾਧ ਸੰਗਤ ਕਰਕੇ, ਸ੍ਰੇਸ਼ਟ ਜਨਾਂ ਦੀ ਸੰਗਤ ਦੁਆਰਾ ਜਿਹੜੇ ਨਾਮ ਜਪਦੇ ਨੇ, ਨਾਮ ਜਪ ਕਰਕੇ ਉਹ ਗੁਰਮੁਖ ਜਨ ਮਾਇਆ ਦੇ ਮੋਹ ਤੋਂ ਮੁਕਤੇ, ਮੁਕਤ ਸੁਤੰਤਰ ਹੋਏ ਹਨ। ਗਤ ਪਾਈ ਨਾਨਕ ਨਦਰ ਨਿਹਲਿਆ, ਮਹਾਰਾਜ ਕਹਿੰਦੇ ਜਦ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਹੋਈ ਤਾਂ ਕਿਰਪਾ ਦ੍ਰਿਸ਼ਟੀ ਦੁਆਰਾ ਗਤ ਪਾਈ ਹੈ ਕਲਿਆਣ, ਜਿਨ੍ਹਾਂ ਨੇ ਕਲਿਆਣ ਪਾਈ ਹੈ ਨਿਹਾਲੀਆ, ਉਹ ਨਦਰੀ ਨਗਰ ਨਿਹਾਲ ਹੋ ਗਏ ਹਨ। ਮਾਰੂ ਮਹੱਲਾ ਪੰਜਵਾ, ਸਿਮਰੋ ਏਕ ਨਿਰੰਜਨ ਸੋ, ਮਹਾਰਾਜ ਕਹਿੰਦੇ ਭਾਈ ਸੋ ਜਿਹੜਾ ਉਸ ਇੱਕ ਨਿਰੰਜਨ ਸ਼ੁੱਧ ਮਾਇਆ ਦੀ ਕਾਲਖ ਤੋਂ ਰਹਿਤ ਪਰਮੇਸ਼ਰ ਹੈ, ਉਸੇ ਦੀ ਸਿਮਰਨ ਕਰੋ, ਉਹਨੂੰ ਯਾਦ ਕਰੋ। ਜਾਤ ਬਿਰਥਾ ਜਾਤ ਨਾ ਕੋ, ਇਸ ਵਾਹਿਗੁਰੂ ਦੇ ਦਰ ਤੋਂ ਕੋਈ ਵੀ ਬਿਰਥਾ ਖਾਲੀ ਨਹੀਂ ਜਾਂਦਾ, ਦੁਖੀ ਹੋ ਕੇ ਨਹੀਂ ਜਾਂਦਾ। ਮਾਤ ਗਰਭ ਮਹਿ ਜਨ ਪ੍ਰਤ ਪਾਰੇ, ਇਹ ਮਾਤਾ ਦੇ ਗਰਭ ਪੇਟ ਉਦਰ ਦੇ ਵਿੱਚ ਵੀ ਜਿਸ ਵਾਹਿਗੁਰੂ ਨੇ ਆਪ ਤੇਰਾ ਪਰਾਵਰ ਬਾਣੀ ਦੁਆਰਾ ਸਿਮਰਨ ਕਰਾ ਕੇ ਤੇ ਤੈਨੂੰ ਮਹਾਰਾਜ ਕਹਿੰਦੇ ਪ੍ਰਤ ਪਾਰਿਆ,
ਸਿਮਰਨ ਦੇ ਕੇ ਪ੍ਰਤਪਾਲਣਾ ਕੀਤੀ ਤੇਰੀ ਜਿਸ ਵਾਹਿਗੁਰੂ ਨੇ ਜੀਉ ਪਿੰਡ ਦੇ ਸਾਜ ਸਵਾਰਿਆ ਜਿਸ ਵਾਹਿਗੁਰੂ ਨੇ ਜੀਉ ਸੂਖਮ ਸਰੀਰ ਤੇ ਪਿੰਡ ਸਤੂਲ ਸਰੀਰ ਦੇ ਕੇ ਸਾਜ ਸਾਰੇ ਅੰਗਾਂ ਪ੍ਰਤੰਗਾਂ ਨੂੰ ਸਾਜਣਾ ਕੀਤਾ ਤੇ ਫਿਰ ਸਵਾਰਿਆ ਪ੍ਰਤੰਗਾਂ ਦੇ ਸਹਿਤ ਤੈਨੂੰ ਸਵਾਰਨਾ ਕੀਤਾ ਸਭ ਅੰਗ ਲਾ ਕਰਕੇ ਤੇ ਫਿਰ ਪ੍ਰਤੰਗ ਤੋਂ ਜਿਹੜੀ ਸਜਾਵਟ ਬਣਾਈ ਹੈ ਜਿਹੜਾ ਚਮੜੀ ਦਾ ਪੋਚਾ ਫੇਰਿਆ ਹੈ ਇਹ ਅੰਗਾਂ ਦੇ ਪ੍ਰਤੀ ਮਹਾਰਾਜ ਨੇ ਵੇਖ ਜਿਸਨੇ ਸਵਾਰਨਾ ਕੀਤਾ ਸੋਹਣਾ ਬਣਾਇਆ ਤੇਰਾ ਜੇ ਨੱਕ ਤੇ ਮਾਸ ਨਾ ਹੁੰਦਾ ਮੱਖੀਆਂ ਦੇ ਭਿਉਂ ਭਿਉਂ ਕਰਕੇ ਤੇਰਾ ਜਿਉਣਾ ਔਖਾ ਕਰ ਛੱਡਣਾ ਸੀ ਜੇ ਅੱਖਾਂ ਦੇ ਉੱਤੇ ਝਿਮਣੀਆਂ ਦੇ ਉੱਪਰਲਾ ਮਾਸ ਨਾ ਹੁੰਦਾ ਪਲਕਾਂ ਨਾ ਹੁੰਦੀਆਂ ਤੇ ਉੱਥੇ ਮੱਖੀਆਂ ਨੇ ਤੇਰਾ ਬੁਰਾ ਹਾਲ ਕਰ ਛੱਡਣਾ ਸੀ ਇਸ ਤਰ੍ਹਾਂ ਇਹ ਅੰਗਾਂ ਨੂੰ ਸਾਜਿਆ ਤੇ ਉੱਤੋਂ ਪ੍ਰਤੀ ਅੰਗ ਸਵਾਰਨਾ ਕੀਤੇ ਨੇ ਜਿਸਨੇ ਸੋਈ ਵਿਧਾਤਾ ਖੈਨ ਖੈਨ ਜਪੀਐ ਸੋਈ ਵਿਧਾਤਾ ਉਹੀ ਕਰਮਾਂ ਅਨੁਸਾਰ ਜਿਹੜਾ ਫਲ ਦੇਣ ਵਾਲਾ ਵਿਧਾਤਾ ਜਗਤ ਦਾ ਰਚਨਹਾਰ ਪਰਮੇਸ਼ਰ ਹੈ ਖਿਲ ਖਿਲ ਵੀ ਉਹਨੂੰ ਨਾ ਭੁਲਾਈਏ ਦੇ ਨਾਮ ਨੂੰ ਜਪਣਾ ਕਰੀਏ ਜਿਸ ਸਿਮਰਤ ਅਵਗਣ ਸਭ ਢੱਕੀਐ ਵੇਖੋ ਵੀ ਜਿਸ ਵਾਹਿਗੁਰੂ ਦਾ ਸਿਮਰਨ ਕਰਕੇ ਜੀਵ ਦੇ ਸਾਰੇ ਅਵਗਣ ਗੁਣਾਂ ਜਿਹੜੇ ਹਨ ਢੱਕੀਏ ਢੱਕੇ ਜਾਂਦੇ ਨੇ ਮਹਾਰਾਜ ਪੜਦਾ ਪਾ ਦਿੰਦਾ ਗੁਣਾਂ ਮਾਫ਼ ਕਰ ਦਿੰਦਾ ਹੈ ਜਿਸ ਦਾ ਸਿਮਰਨ ਕਰਕੇ ਇੱਜ਼ਤ ਪਤ ਰਹਿ ਆਉਂਦੀ ਹੈ ਚਰਨ ਕਮਲ ਪਰ ਅੰਤਰ ਧਾਰ ਉਸ ਵਾਹਿਗੁਰੂ ਦੇ ਜੋ ਚਰਨ ਪੂਜਨੀਕ ਕਮਲ ਦੀ ਨਿਆਈ ਨਾਲ ਲੇਪ ਹਨ ਉਹਨਾਂ ਨੂੰ ਔਰ ਅੰਤਰ ਧਾਰੋ ਆਪਣੇ ਔਰ ਹਿਰਦੇ ਦੇ ਅੰਦਰ ਧਾਰਨ ਕਰੋ ਵਸਾਉਣਾ ਕਰੋ ਵਿਖਿਆ ਬਾਨ ਤੇ ਜੀਓ ਉਧਾਰ ਹੋ ਵਿਖਿਆ ਬਾਨ ਤੇ ਜੀਓ ਉਧਾਰ ਹੋ ਬਾਨ ਜੰਗਲ ਨੂੰ ਵੀ ਕਹਿੰਦੇ ਨੇ ਤੇ ਬਾਨ ਪਾਣੀ ਨੂੰ ਵੀ ਕਹਿੰਦੇ ਹਨ ਕਹਿੰਦੇ ਵਿਸ਼ਿਆਂ ਦਾ ਜਿਹੜਾ ਬਾਣ ਜੰਗਲ ਹੈ ਸੰਸਾਰ ਇਹ ਸੰਸਾਰ ਸਮੁੰਦਰ ਦੇ ਵਿਸ਼ਿਆਂ ਰੂਪੀ ਬਾਣ ਤੋਂ ਆਪਣੀ ਜਿੰਦ ਨੂੰ ਬਚਾ ਲੈਣਾ ਕਰੋ ਉਧਾਰ ਲਵੋ ਜਾਂ ਵਿਖਿਆ ਬਾਣ ਤੇ ਵਿਖਿਆ ਵਿਸ਼ੇ ਵਿਕਾਰਾਂ ਦਾ ਜਿਹੜਾ ਵਿਸ਼ੇ ਵਿਕਾਰਾਂ ਨਾਲ ਦੇ ਪਾਣੀ ਦੇ ਨਾਲ ਬਾਣ ਭਰਿਆ ਹੋਇਆ ਜਿਹੜਾ ਸੰਸਾਰ ਸਮੁੰਦਰ ਹੈ ਜਿਵੇਂ ਸਮੁੰਦਰ ਚ ਪਾਣੀ ਹੁੰਦਾ ਇਵੇਂ ਜਗਤ ਵਿੱਚ ਵਿਸ਼ੇ ਵਿਕਾਰ ਨੇ ਇਹੀ ਪਾਣੀ ਹੈ ਜੀਓ ਉਧਾਰੋ ਵਿੱਚ ਡੁੱਬਣ ਤੋਂ ਆਪਣੀ ਜਿੰਦ ਨੂੰ ਆਪਣੇ ਜੀਵ ਨੂੰ ਉਭਾਰਨਾ ਕਰੋ ਭਾਈ ਮੋਹ ਮਾਇਆ ਤੋਂ ਬਚਾ ਲਵੋ ਨਾਮ ਦਾ ਆਸਰਾ ਲੈ ਕੇ ਕਰਨ ਪਲਾਹ ਬਟਹਿ ਮਿਲ ਲਾਟਾ ਕਰਨ ਪਲਾਹ ਕਰਨ ਪਲਾਹ ਹੁੰਦੇ ਨੇ ਜਿਹੜੇ ਬਹੁਤ ਹੀ ਜ਼ਿਆਦਾ ਸਾਧ ਸੰਗਤ ਕੀਰ ਨੇ ਪਾਉਣੇ ਇੰਨੇ ਕੀਰ ਨੇ ਪਾਉਣੇ ਵੀ ਸੁਣਨ ਵਾਲਾ ਤਰਸ ਦੇ ਵਿੱਚ ਆ ਜਾਵੇ ਤਰਸ ਕਰੇ ਵੀ ਇਹ ਬਹੁਤੇ ਦੁਖੀ ਕੋਈ ਜਾਪਦਾ ਹੈ ਤੇ ਮਹਾਰਾਜ ਕਹਿੰਦੇ ਵੀ ਸਿਮਰਨ ਦੇ ਨਾਲ ਕਰਨ ਪਲਾਹ ਕਰਨ ਕੀਰਨੇ ਪਾਉਣੇ ਵੀ ਮਰ ਕੇ ਹਾਲ ਪੌੜਾ ਕਰ ਦੇਣਾ ਤੇ ਪਲਾਹ ਨਾਮ ਹੁੰਦੇ ਵੀ ਜਿਹੜੇ ਪ੍ਰਯਤਨ ਕਰਨੇ ਕਿ ਬਿਪਤਾ ਤੋਂ ਮੈਂ ਬਚਾ ਪਰ ਬਚਿਆ ਨਾ ਜਾਣਾ ਮਿੱਠਾ ਬਿਲ ਲਾਟਾ ਤੇ ਮਾਤਾ ਦੇ ਗਰਭ ਦੇ ਜਿਹੜੇ ਬਿਲ ਲਾਟਾ ਪਰ ਲਾਭ ਕਰਨਾ ਇਹ ਸਾਰੇ ਮਿੱਟ ਜਾਣਗੇ ਸਿਮਰਨ ਕਰਨ ਨਾਲ ਭਾਵ ਕੀਰਨੇ ਪਾਉਣੇ ਯਤਨ ਕਰਨੇ ਮਿਰਲਾਪ ਬਿਰਲਾਟਾ ਨਾਮ ਵੀ ਮਿਰਲਾਪ ਦਾ ਵੀ ਦੁਖੀ ਹੋ ਕੇ ਜਿਹੜਾ ਵਰਲਾਪ ਕਰਨਾ ਚਾਂਗਲਾ ਮਾਰਨੀ ਹੈ ਦੁੱਖ ਸਾਰੇ ਮਿੱਟ ਜਾਂਦੇ ਹਨ ਸਿਮਰਨ ਦਾ ਸਦਕਾ ਜਪ ਗੋਵਿੰਦ ਭਰਮ ਭਾਉ ਫਾਟਾ ਜਪ ਗੋਵਿੰਦ ਗੋ ਥੋੜਾ ਲੰਮਾ ਖਿੱਚਣਾ ਜਪ ਗੋਵਿੰਦ ਭਰਮ ਭਾਉ ਅਤੇ ਗੋਵਿੰਦ ਪਰਮੇਸ਼ਰ ਦਾ ਜਾਪ ਕਰ ਜਾਪ ਕਰਨ ਦੇ ਨਾਲ ਸਾਰੇ ਪ੍ਰਕਾਰ ਦਾ ਭਰਮ ਹਰ ਤਰ੍ਹਾਂ ਦਾ ਭਾਉ ਡਰ ਜਿਹੜਾ ਹੈ ਫਾਟਾ ਇਹ ਫਟ ਜਾਂਦਾ ਪਾੜ ਜਾਂਦਾ ਹੈ ਭਾਵ ਭਰਮ ਭਾਉ ਦੇ ਪਰਦੇ ਚੱਕੇ ਜਾਂਦੇ ਹਨ
ਸਾਧ ਸੰਗ ਵਿਰਲਾ ਕੋ ਪਾਏ। ਸਾਧ ਸੰਗ ਜੋ ਸ੍ਰੇਸ਼ਟ ਰੱਬ ਦੇ ਪਿਆਰੇ ਨੇ ਉਹਨਾਂ ਦੀ ਸੰਗਤ ਕਰਨੀ ਵਿਰਲਾ ਕੋ ਪਾਏ। ਕੋਈ ਵਿਰਲਾ ਟਾਵਾਂ ਭਾਗਾਂ ਵਾਲਾ ਪੁਰਖ ਹੀ ਪਾਉਂਦਾ ਹੈ ਸਤ ਸੰਗਤ ਨੂੰ ਤੇ ਸੰਗਤ ਵਿੱਚ ਨਾਮ ਜਪਣਾ। ਨਾਨਕ ਤਾਕੈ ਬਲ ਬਲ ਜਾਏ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਵੀ ਜਿਹੜੇ ਸਾਧ ਸੰਗਤ ਪਾਉਂਦੇ ਨੇ ਸਤ ਸੰਗਤ ਵਿੱਚ ਜਪਦੇ ਨੇ ਨਾਮ ਉਹਨਾਂ ਤੋਂ ਅਸੀਂ ਕੁਰਬਾਨ ਬਲਹਾਰ ਸਦਕੇ ਜਾਂਦੇ ਹਾਂ ਮਨ ਬਾਣੀ ਸਰੀਰ ਕਰਕੇ। ਰਾਮ ਨਾਮ ਮਨ ਤਨ ਆਧਾਰਾ। ਰਾਮ ਨਾਮ ਭਾਈ ਜੋ ਰਾਮ ਪਰਮੇਸ਼ਵਰ ਹੈ ਉਹਦਾ ਨਾਮ ਹੀ ਮਨ ਤਨ ਆਧਾਰਾ ਮਨ ਤੇ ਤਨ ਦੇ ਵਿੱਚ ਆਸਰਾ ਰੂਪ ਜਾਣ ਕੇ ਮਨ ਤਨ ਦਾ ਆਧਾਰ ਕਰਕੇ ਜਾਣਨਾ ਚਾਹੀਦਾ ਹੈ। ਰਾਮ ਪਰਮੇਸ਼ਵਰ ਦਾ ਨਾਮ ਹੀ ਸਾਡੇ ਮਨ ਤਨ ਦਾ ਆਸਰਾ ਹੈ। ਜੋ ਸਿਮਰੈ ਤਿਸ ਕਾ ਨਿਸਤਾਰਾ। ਕਿਉਂਕਿ ਜਿਹੜਾ ਵੀ ਸਿਮਰਨ ਕਰਦਾ ਉਸ ਵਾਹਿਗੁਰੂ ਦਾ ਯਾਦ ਕਰਦਾ ਉਹਦਾ ਹੀ ਨਿਸਤਾਰਾ ਹੁੰਦਾ ਸੰਸਾਰ ਸਮੁੰਦਰ ਤੋਂ ਨਾਮ ਜਪਣ ਵਾਲਾ ਹੀ ਕਰੇਗਾ। ਮਿਥਿਆ ਵਸਤ ਮਿਥਿਆ ਮਿਥਿਆ ਵਸਤ ਸਤ ਕਰ ਮਾਨੀ। ਮਿਥਿਆ ਨੀ ਕਹਿਣਾ ਮਿਥਿਆ ਵਸਤ ਸਤ ਕਰ ਮਾਨੀਏ ਭਾਈ ਉਹ ਪਰਮੇਸ਼ਰ ਨੂੰ ਭੁਲਾ ਕੇ ਜਿਹੜੇ ਜੀਵ ਨੇ ਇਹਨਾਂ ਨੇ ਮਿਥਿਆ ਨਾਸ਼ਵੰਤ ਪਦਾਰਥ ਜਿਹੜੇ ਨੇ ਉਹ ਮਾਇਆ ਰੂਪੀ ਦੇਹ ਰੂਪੀ ਵਸਤੂ ਚੀਜ਼ਾਂ ਹਨ ਇਹਨਾਂ ਨੂੰ ਸੱਚ ਕਰਕੇ ਮੰਨੀ ਬੈਠੇ ਨੇ ਜੀਵ ਵੀ ਪਤਾ ਨੀ ਇਹ ਦੇਹ ਸਦਾ ਰਹਿਣੀ ਇਹ ਪਦਾਰਥ ਸਦਾ ਕਾਇਮ ਰਹਿਣੇ ਨੇ ਜੋ ਮਿਥਿਆ ਹਨ। ਹਿਤ ਲਾਇਓ ਸੱਠ ਮੂੜ ਅਗਿਆਨੀ। ਹਿਤ ਲਾਇਓ ਸੱਠ ਸੱਠ ਵੀ ਸਾਧ ਸੰਗਤ ਬੋਲਾ ਉਚਾਰਨ ਹੈ ਕਿਉਂਕਿ ਸੱਠ ਗਿਣਤੀ ਦਾ ਵਾਚਕ ਹੁੰਦਾ ਤੇ ਸੱਠ ਇੱਥੇ ਮੂਰਖ ਦੇ ਨਾਲ ਸੰਬੰਧਿਤ ਹੈ। ਹਿਤ ਲਾਇਓ ਸੱਠ ਮੂੜ ਅਗਿਆਨੀ ਤੇ ਮਹਾਰਾਜ ਸਾਹਿਬ ਕਹਿੰਦੇ ਵੀ ਬਿਹਾਰਾਂ ਵੱਲੋਂ ਜਿਹੜਾ ਸੱਠ ਮੂਰਖ ਜੀਵ ਹੈ ਨਾ ਇਸ ਮੂੜ ਬੇਸਮਝ ਮਹਾਂਮੂਰਖ ਜੀਵ ਨੇ ਹਿਤ ਲਾਇਓ ਇਹ ਸੰਸਾਰ ਦੇ ਜਿਹੜੇ ਪਦਾਰਥ ਹਨ ਇਹਨਾਂ ਦੇ ਨਾਲ ਹੀ ਅਗਿਆਨੀ ਜੀਵ ਨੇ ਆਪਣਾ ਹਿੱਤ ਲਾਉਣਾ ਕੀਤਾ ਹੈ ਪ੍ਰੇਮ ਲਾਇਆ ਹੋਇਆ ਹੈ ਬਾਣੀ ਕਰਕੇ ਮੂਰਖ ਹੈ ਸਾਡੇ ਤੋਂ ਭਾਵ ਹੈ ਮੂਰਖ ਬਾਣੀ ਕਰਕੇ ਗੱਲਾਂ ਬਾਤਾਂ ਕਰਕੇ ਮੂਰਖ ਹੈ ਤੇ ਮੂੜ ਬਚਨਾਂ ਨੂੰ ਦਿਲ ਵਿੱਚ ਨਾਮ ਸੋਹਣੇ ਕਰਕੇ ਮਹਾਂਮੂਰਖ ਹੈ ਅਗਿਆਨੀ ਤੇ ਅਗਿਆਨਤਾ ਦੇ ਕਰਕੇ ਇਹਨਾਂ ਜਿਹੜਾ ਜੀਵ ਹੈ ਹਿੱਤ ਲਾਇਓ ਇਹਨੇ ਪਦਾਰਥਾਂ ਨਾਲ ਹੀ ਪ੍ਰੇਮ ਲਾਇਆ ਹੋਇਆ ਹੈ। ਹੰਕਾਰ ਦੇ ਵਿੱਚ ਹੀ ਮਾਤਾ ਮਸਤ ਹੋ ਰਿਹਾ ਹੈ ਮਦ ਹੰਕਾਰ ਵੀ ਸ਼ਰਾਬ ਦੇ ਨਸ਼ੇ ਦੇ ਵਿੱਚ ਮਸਤ ਹੋ ਰਿਹਾ ਹੈ। ਕੌਡੀ ਬਦਲੇ ਜਨਮ ਗਵਾਤਾ। ਮਾਇਆ ਜਿਹੜੀ ਇਹ ਕੌਡੀ ਹੈ ਮਨੁੱਖਾ ਜਨਮ ਜਿਹੜਾ ਹੈ ਇਹ ਹੀਰਾ ਹੈ ਪਰ ਇਹਨੇ ਮਾਇਆ ਰੂਪੀ ਕੌਡੀ ਦੇ ਬਦਲੇ ਵੱਡੇ ਕੌਡੀ ਬਦਲੇ ਦਲਾਵਾਂ ਦੇ ਨਾਲ ਕੌਡੀ ਦੇ ਬਦਲੇ ਵੱਡੇ ਨਾ ਜਨਮ ਗਵਾਤਾ ਆਪਣਾ ਮੋਲਕ ਮਨੁੱਖਾ ਜਨਮ ਵਿਅਰਥ ਹੀ ਗਵਾ ਰਿਹਾ ਹੈ ਜਿਹੜਾ ਜੀਵ ਹੈ ਇਹ ਆਪਣੀ ਜ਼ਿੰਦਗੀ ਨੂੰ ਕੌਡੀਆਂ ਦੇ ਭਾਰ ਦੁਸ਼ ਪਦਾਰਥਾਂ ਵਿਕਾਰਾਂ ਦੇ ਪਿੱਛੇ ਜਾਈ ਗਵਾ ਰਿਹਾ ਏ। ਆਪਣਾ ਛੋੜ ਕਰਾਇਆ ਰਾਤਾ। ਆਪਣਾ ਛੋੜ ਇਹ ਜੀਵ ਕੀ ਕਰਦਾ ਵੀ ਆਪਣਾ ਦੇ ਮਾਲਕ ਹੈ ਪਰਮੇਸ਼ਵਰ ਉਹਨੂੰ ਛੱਡ ਕੇ ਪਰਾਇਆ ਰਾਤਾ ਤੇ ਪਰਾਏ ਹੈ ਜਿਹੜੇ ਪਰਾਏ ਨੇ ਪਦਾਰਥ ਪਰਾਏ ਜਿਹੜੇ ਵਿਛੜ ਜਾਣੀ ਨੇ ਸਰੀਰ ਉਹਨਾਂ ਦੇ ਵਿੱਚ ਰਾਤਾ ਰੰਗਿਆ ਰਹਿੰਦਾ ਹੈ। ਮਾਇਆ ਮਦ ਮਨ ਤਨ ਸੰਗ ਜਾਤਾ। ਮਾਇਆ ਮਦ ਜੋ ਇਹਦੇ ਅੰਦਰ ਮਾਇਆ ਦਾ ਮਦ ਹੰਕਾਰ ਹੈ ਨਾ ਇੰਨਾ ਹੰਕਾਰ ਹੈ
ਹੈ ਵੀ ਮਨ ਤਨ ਸੰਗ ਜਾਤਾ, ਇਹਦੇ ਮਨ ਤਨ ਦੇ ਨਾਲ ਹੀ ਜਾਂਦਾ ਅਖੀਰ ਤੀਕਰ ਮਰਨ ਤੀਕਰ, ਛੱਡਦਾ ਨਹੀਂ ਹੈ ਹੰਕਾਰ। ਜਾਂ ਮਾਇਆ ਦੇ ਨਸ਼ੇ ਦੇ ਵਿੱਚ ਮਸਤ ਹੋ ਕਰਕੇ ਨਾ ਨਾਲ ਹੀ ਜਾਂਦਾ ਹੈ, ਪਾਪ ਤਨੋ ਮਨੋ ਹੋ ਕੇ ਮਨ ਤਨ ਸੰਗ, ਮਨੋ ਤਨੋ ਹੋ ਕੇ ਹੰਕਾਰੀ ਜੀਵ ਪਦਾਰਥਾਂ ਦੇ ਵੱਲ ਦੌੜਦਾ ਹੀ ਜਾਂਦਾ ਹੈ। ਮਨ ਕਰਕੇ ਵੀ ਆਪਣੇ ਮਨ ਸਰੂਪ ਵੱਲੋਂ ਭੁੱਲ ਕੇ ਤੇ ਤਨ ਦੀ ਪਾਲਣਾ ਲਈ ਪਦਾਰਥਾਂ ਪਿੱਛੇ ਦੌੜਿਆ ਜਾਂਦਾ ਹੈ। ਤ੍ਰਿਸ਼ਨ ਨਾ ਬੁਝੈ ਕਰਤ ਕਲੋਲਾ, ਤ੍ਰਿਸ਼ਨ ਨਾ ਬੁਝੈ, ਜੀਵ ਦੇ ਅੰਦਰ ਤ੍ਰਿਸ਼ਨਾ ਨਹੀਂ ਬੁਝਦੀ ਰਸਾਂ ਕਸਾਂ ਦੀ, ਕਰਤ ਕਲੋਲਾ, ਅਤੇ ਹਰ ਸਮੇਂ ਕਲੋਲ ਹੀ ਕਰਦਾ। ਕਲੋਲ ਕੀ ਹੁੰਦੇ ਵੀ ਵਿਸ਼ੇ ਵਿਕਾਰਾਂ ਨੂੰ ਭੋਗਣ ਦੇ ਵਿੱਚ ਲੱਗਾ ਹੋਇਆ ਹੈ, ਤੇ ਭੋਗ ਦੇ ਦੀ ਭੁੱਖ ਮਿਟਦੀ ਨਹੀਂ ਹੈ। ਊਣੀ ਆਸ ਮਿਥਿਆ ਸਭ ਬੋਲਾ, ਮਿਥਿਆ ਊਣੀ ਆਸ ਮਿਥਿਆ ਸਭ ਬੋਲਾ, ਇਹ ਜੀਵ ਦੀ ਜਿਹੜੀ ਆਸ ਉਮੀਦ ਹੁੰਦੀ ਹੈ ਨਾ, ਜੋ ਆਪਾਂ ਆਸਾਂ ਉਮੀਦਾਂ ਕਰਦੇ ਹਾਂ, ਇਹ ਮਹਾਰਾਜ ਕਹਿੰਦੇ ਊਣੀ ਖਾਲੀ ਹੋਈ ਰਹਿੰਦੀ ਹੈ, ਊਣੀ ਭਾਵ ਸੰਤੁਸ਼ਟੀ ਨਹੀਂ ਹੁੰਦੀ। ਜਿਵੇਂ ਕੋਈ ਗਲਾਸ ਦੇ ਵਿੱਚ ਬਰਤਨ ਦੇ ਵਿੱਚ ਕੰਢਿਆਂ ਚਿਕਨ ਜਿਹੜੀ ਚੀਜ਼ ਭਰੀ ਹੋਵੇ ਉਹਨੂੰ ਲਬਾਲਬ ਭਰੀ ਹੋਈ ਕਹਿ ਦਿੰਦੇ ਹਾਂ, ਜੋ ਕੰਢਿਆਂ ਤੋਂ ਥੱਲੇ ਹੋਵੇ ਉਹਨੂੰ ਕਹੀਦਾ ਵੀ ਆਉਣੀ ਹੈ। ਇਵੇਂ ਜੀਵ ਦੀ ਆਸ ਨਹੀਂ ਕਦੀ ਪੂਰੀ ਹੋਈ, ਕਦੀ ਰੱਜਿਆ ਨਹੀਂ ਹੈ, ਇਹ ਨਹੀਂ ਕਿਹਾ ਵੀ ਬਸ ਠੀਕ ਹੈ ਹੁਣ ਕੁਝ ਨਹੀਂ ਚਾਹੀਦਾ। ਊਣੀ ਆਸ, ਇਹ ਆਸਾਂ ਉਮੀਦਾਂ ਸਦਾ ਹੋਣੀਆਂ ਹੀ ਰਹਿੰਦੀਆਂ ਨੇ, ਕਦੀ ਆਸਾ ਪੂਰੀ ਨਹੀਂ ਹੁੰਦੀ। ਮਿਥਿਆ ਸਭ ਬੋਲਾ, ਤੇ ਹਰ ਵਕਤ ਜੀਵ ਮਾਇਆ ਵਾਸਤੇ ਮਿਥਿਆ ਹੀ ਬਚਨ, ਝੂਠੇ ਹੀ ਬਚਨ ਬੋਲਦੇ ਰਹਿੰਦੇ ਹਨ। ਆਵਤ ਇਕੇਲਾ ਜਾਤ ਇਕੇਲਾ, ਆਵਤ ਅਕੇਲਾ ਜਾਤ ਇਕੇਲਾ, ਇਹ ਜੀਵ ਜਦੋਂ ਮਾਤਾ ਦੇ ਉਧਰ ਤੋਂ ਜਨਮ ਧਾਰ ਕੇ ਆਉਂਦਾ ਪਰ ਉਦੋਂ ਵੀ ਇਕੱਲਾ ਹੀ ਸੀ, ਇਕੱਲਾ ਹੀ ਆਉਂਦਾ ਹੈ, ਜਾਤ ਇਕੇਲਾ, ਤੇ ਜਾਂਦਾ ਵੀ ਸੰਸਾਰ ਚੋਂ ਇਕੱਲਾ ਹੀ ਹੈ, ਇਹਦੇ ਨਾਲ ਕੋਈ ਹੋਰ ਨਹੀਂ ਜਾ ਸਕਦਾ। ਨਾਮ ਤੋਂ ਸੰਗ ਝੂਠੇ ਸਭ ਬੋਲਾ, ਪਰ ਇਹਦੀ ਸਹਾਇਤਾ ਕਰਨੀ ਸੀ ਪਰਮੇਸ਼ਰ ਦੇ ਨਾਮ ਨੇ, ਉਹਨੂੰ ਸਾਥੀ ਨਾ ਬਣਾਇਆ। ਹਮ ਤੁਮ ਸੰਗ, ਇਹ ਜੀਵ ਹਮ ਤੁਮ ਕੀ ਹੈ ਵੀ ਹੰਗਤਾ ਦੇ ਮਮਤਾ, ਮੈਂ ਤੂੰ ਆ ਮੇਰਾ ਆ ਤੇਰਾ, ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਹੰਗਤਾ ਮਮਤਾ ਦੇ ਸਹਿਤ ਹੋ ਕੇ ਜੀਵ ਕਹਿੰਦਾ ਵੀ ਅਸੀਂ ਤੇਰੇ ਸੰਗੀ ਹਾਂ, ਕੋਈ ਪਰਵਾਹ ਨਾ ਕਰ। ਝੂਠੇ ਸਭ ਬੋਲਾ, ਤੁਸੀਂ ਸਾਰੇ ਮੇਰੇ ਸੰਗੀ, ਮੈਂ ਤੁਹਾਡਾ ਸੰਗੀ, ਏਦਾਂ ਹੀ ਕਹਿੰਦੇ ਨੇ ਨਾ, ਪਰ ਸਾਰੇ ਇਹ ਝੂਠੇ ਮਿਜ਼ੇ ਹੀ ਬੋਲ ਬੋਲਦਾ ਹੈ, ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈ, ਇਕੱਲਾ ਹੀ ਆਇਆ ਸੀ ਜੀਵ ਤੇ ਇਕੱਲਾ ਹੀ ਜਾਂਦਾ ਹੈ, ਪਰ ਕਹਿੰਦੇ ਨੇ ਵੀ ਪਰਵਾਹ ਨਾ ਕਰ ਵੀ ਅਸੀਂ ਵੀ ਤੇਰੇ ਨਾਲ ਹਾਂ, ਜਾਂ ਕਹਿੰਦਾ ਮੈਨੂੰ ਕੀ ਪਰਵਾਹ ਹੈ, ਸਾਰੇ ਮੇਰੇ ਨਾਲ ਹੋ ਤੁਸੀਂ, ਇਹ ਸਭ ਮਿਥਿਆ ਬਾਤ ਹਨ, ਕੋਈ ਨਹੀਂ ਜਾਂਦਾ ਸੰਸਾਰ ਵਿੱਚੋਂ ਨਾਲ। ਪਾਏ ਠਗੌਰੀ ਆਪ ਭੁਲਾਇਓ, ਮਾਇਆ ਦਾ ਜੋ ਮੋਹ ਹੈ ਇਹ ਮਾਨੋ ਵੀ ਠਗੌਰੀ ਠੱਗ ਬੂਟੀ ਹੈ, ਇਹ ਕੋਈ ਨਸ਼ਾ ਹੈ ਸੰਘਾ ਕੇ ਜਿਵੇਂ ਕਿਸੇ ਨੂੰ ਬੇਹੋਸ਼ ਕਰ ਲੈਣਾ, ਇਵੇਂ ਪਾਏ ਠਗੌਰੀ ਆਪ ਭੁਲਾਇਓ, ਮਾਇਆ ਮੋਹ ਦੀ ਠੱਗ ਬੂਟੀ ਪਾ ਕੇ ਜੀਵ ਨੇ, ਤੇ ਵਾਹਿਗੁਰੂ ਮਾਇਆ ਦੇ ਮੋਹ ਦੀ ਠੱਗ ਬੂਟੀ ਪਾ ਕੇ ਪਰਮੇਸ਼ਰ ਨੇ ਆਪ ਭੁਲਾਇਓ, ਜੀਵ ਨੂੰ ਆਪਣੇ ਵੱਲੋਂ ਭੁਲਾ ਛੱਡਿਆ ਹੈ ਪਰਮੇਸ਼ਰ ਨੇ, ਪਰ ਹੋਰ ਪਾਸੇ ਲਾਇਆ, ਮੋਹ ਮਾਇਆ ਵਿੱਚ ਫਸੇ ਹੋਏ ਨੇ, ਤਾਂ ਹੀ ਇਹਨਾਂ ਨੇ ਆਪਣਾ ਅਸਲ ਸਰੂਪ ਜੋ ਵਾਹਿਗੁਰੂ ਹੈ ਉਹਦਾ ਚੇਤਾ ਹੀ ਭੁਲਾ ਦਿੱਤਾ ਏ। ਨਾਨਕ ਕਿਰਤ ਨਾ ਜਾਏ ਹਟਾਇਓ, ਮਿਟਾਇਓ, ਨਾਨਕ ਕਿਰਤ ਨਾ ਜਾਏ ਮਿਟਾਇਓ। ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਕਹੀਏ ਵੀ ਕਿਸੇ ਨੂੰ ਕੀ, ਪਰਮੇਸ਼ਰ ਦੀ ਰਜਾ ਦੇ ਵਿੱਚ ਪੂਰਨ ਗੁਰਾਂ ਦੀ ਸ਼ਰਨ ਪਏ ਤੋਂ ਬਗੈਰ ਜਿਹੜੇ ਕਿਰਤ ਕੀਤੇ ਹੋਏ ਪਿਛਲੇ ਕਰਮ ਨੇ ਨਾ ਸੰਸਕਾਰ ਬਣ ਗਏ, ਉਹਨਾਂ ਦਾ ਫਲ ਭੋਗੇ ਤੋਂ ਬਗੈਰ ਮਿਟਾਇਓ ਮਿਟ ਨਹੀਂ ਸਕਦਾ।
ਨਾਨਕ ਕਿਰਤ ਨਾ ਜਾਏ ਮਿਟਾਏ। ਜਿਹੜੀ ਕਿਰਤ ਬਣ ਗਈ ਨਾ, ਇਹ ਹੁਣ ਫਲ ਭੋਗੇ ਤੋਂ ਬਗੈਰ ਜਿਹੜਾ ਜੀਵ ਹੈ ਇਹ ਮਿਟ ਨਹੀਂ ਸਕਦੀ। ਗੁਰਾਂ ਦੀ ਸ਼ਰਨ ਆਏ ਤੋਂ ਬਗੈਰ ਪਾਸ ਪੰਖੀ ਭੂਤ ਅਰ ਪ੍ਰੇਤਾ, ਇਹ ਜੀਵ ਜਿਹੜਾ ਹੈ ਨਾ ਪਾਸ ਪੰਖੀ ਹੈ ਤਾਂ ਮਨੁੱਖ, ਪਰ ਇਹ ਨਾਮ ਨਾ ਜਪਣੇ ਕਰਕੇ ਕਦੀ ਤੇ ਪਸ਼ੂ ਬਣਿਆ ਹੈ। ਪੰਖੀ ਕਦੇ ਪੰਛੀ ਭੂਤ, ਅਰੇ ਕਦੀ ਭੂਤ ਅਰ ਪ੍ਰੇਤਾ ਦੇ ਪ੍ਰੇ ਦੇ ਆਦਿਕ ਜੋ ਜੁਨੀਆਂ ਹਨ। ਬਹੁਤ ਪ੍ਰਕਾਰ ਦੀਆਂ ਜੁਨੀਆਂ ਦੇ ਵਿੱਚ ਅਨੇਤਾ ਨਾਮ ਜੇ ਅਨਿਤ ਜੋ ਨਾਸਵੰਤ ਪਦਾਰਥ ਨੇ, ਅਨਿਤ ਨੇ ਜਿਹੜੇ ਸਦਾ ਨਹੀਂ ਰਹਿਣ ਵਾਲੇ, ਉਹਨਾਂ ਦੇ ਲੱਗ ਕੇ ਤੁਰਿਆ ਫਿਰਦਾ ਜਾਂ ਅਨਿਤ। ਨੇਤਾ ਨਾਮ ਹੈ ਨੇਤਰਾਂ ਦਾ, ਅੱਖਾਂ ਦਾ, ਤੇ ਅਨੇਤਾ ਕਹਿੰਦੇ ਨੇ ਇਹਨੇ ਨੂੰ। ਕਹਿੰਦੇ ਵੀ ਬਹੁਤ ਜੋਨੀ ਫਿਰਤ ਅਨੇਤਾ, ਇਹ ਗਿਆਨ ਵੀ ਅੱਖਾਂ ਤੋਂ ਹੀਣਾ ਅੰਨਾ ਜਿਹੜਾ ਅਗਿਆਨੀ ਜੀਵ ਹੈ, ਇਸ ਤਰ੍ਹਾਂ ਬਹੁਤ ਪ੍ਰਕਾਰ ਦੀਆਂ ਜੂਨਾਂ ਦੇ ਵਿੱਚ ਹੀ ਫਿਰਦਾ ਹੈ ਹਰ ਸਮੇਂ। ਜਿੱਥੇ ਵੀ ਪਰਲੋਕ ਜੇ ਨੇ ਜਾਨੋ ਜਾਣਾ ਹੈ ਨਾ, ਜਿੱਥੇ ਵੀ ਜਾ ਕੇ ਟਿਕਣਾ ਹੈ, ਤਹਿ ਰਹਿਣ ਨਾ ਪਾਵੇ, ਉੱਥੇ ਰਹਿਣਾ ਨੀ ਪਾਵੇ, ਪਾਉਣਾ ਇਸ ਜੀਵ ਨੇ, ਉੱਥੇ ਗਿਰਤੀ ਅਰੀ ਟਿਕਦੀ ਨਹੀਂ ਹੈ। ਜਿੱਥੇ ਵਾਹਿਗੁਰੂ ਦੇ ਸਰੂਪ ਵਿੱਚ ਜਾ ਕੇ ਟਿਕਣਾ ਸੀ, ਉੱਥੇ ਇਹਨੂੰ ਟਿਕਣ ਨੂੰ ਥਾਂ ਹੀ ਨੀ ਮਿਲਦੀ। ਜਹਿ ਜਾਨੋ, ਜਿਹੜੀ ਵੀ ਜੂਨ ਦੇ ਵਿੱਚ ਇਹਦਾ ਜਨਮ ਜਾਣਾ ਹੁੰਦਾ ਹੈ, ਤਹਿ ਰਹਿਣ ਨਾ ਪਾਵੇ, ਉੱਥੇ ਰਹਿਣਾ ਨੀ ਪਾਉਂਦਾ। ਉਮਰ ਪੂਰੀ ਪੂਰੀ ਹੋਏ ਤੂੰ ਉੱਥੋਂ ਵੀ ਮਰ ਕੇ ਹੋਰ ਗਾਂਹ ਜਾਣਾ ਪੈਂਦਾ ਏ। ਜੇ ਵੀ ਕਿਸੇ ਦਾ ਘਰ ਘਾਟ ਨਾ ਹੋਵੇ ਤੇ ਭਟਕਣਾ ਪੈਂਦਾ ਹੈ ਨਾ, ਉਹਨੂੰ ਦੁਖੀ ਹੋਣਾ ਪੈਂਦਾ। ਜਿਹਦੇ ਦਰਵਾਜੇ ਤੇ ਜਾਵੇ ਅਗਲਾ ਠਾ ਕੇ ਗਾਂਹ ਤੋਰ ਦਿੰਦਾ, ਆਪਣੇ ਬੂਹੇ ਅੱਗੇ ਕੌਣ ਬਹਿਣ ਦਿੰਦਾ ਏ। ਇਵੇਂ ਥਾਂ ਬਿਹੋਣ, ਸੱਚਖੰਡ ਆਪਣੇ ਸਵੈ ਸਰੂਪ ਦੇ ਥਾਂ ਤੋਂ ਬਿਹੋਣਾ, ਪਰਮੇਸ਼ਰ ਦੇ ਜੋ ਚਰਨਾਂ ਵਿੱਚ ਜੁੜਨਾ ਸੀ, ਇਹ ਆਪਣਾ ਥਾਂ ਹੈ। ਜਿਹੜਾ ਆਪਣੇ ਅੰਤਰ ਆਤਮਿਕ ਵਿਰਤੀ ਨੂੰ ਟਿਕਾਉਣਾ ਸੀ, ਇਹ ਆਪਣਾ ਥਾਂ ਘਰ ਘਾਟ ਹੈ। ਪਰ ਮਹਾਰਾਜ ਜੀ ਕਹਿੰਦੇ ਵੀ ਥਾਂ ਬਿਹੋਣ ਉੱਠ ਉੱਠ ਫਿਰ ਧਾਵੈ, ਜੀਵ ਆਪਣੇ ਸਰੂਪ ਦੀ ਥਾਂ ਤੋਂ ਰਹਿ ਧੋ ਕੇ ਮੁੜ ਮੁੜ ਕੇ ਵਾਸਨਾ ਦਾ ਵਧਾ ਹੋਇਆ ਧਾਵੇ, ਦੌੜਦਾ ਹੀ ਹੈ, ਜੂਨਾਂ ਵਿੱਚ ਹੀ ਜਾਂਦਾ, ਟਿਕਣਾ ਨੀ ਮਿਲਦਾ। ਮਨ ਤਨ ਵਾਸਨਾ ਬਹੁਤ ਜਿਸ ਥਾਰਾ, ਮਨ ਤਨ ਵਾਸਨਾ, ਇਹਦੇ ਜੀਵ ਦੇ ਮਨ ਦੇ ਤਨ ਦੇ ਵਿੱਚ ਬਹੁਤ ਹੀ ਵਾਸਨਾ ਲੱਗੀ ਹੋਈ ਹੈ, ਬਹੁਤ ਹੀ ਖਾਸਾਂ ਹਨ, ਬਹੁਤ ਵਿਸ ਥਾਰਾ, ਤੇ ਅਤਿਅੰਤ ਹੀ ਇਹ ਵਿਸਥਾਰ ਕਰ ਰਿਹਾ ਹੈ, ਪਸਾਰੇ ਪਸਾਰਦਾ ਹੈ ਵਾਸਨਾ ਦੇ ਭੋਗਣ ਵਾਸਤੇ। ਇਹ ਜਿਹੜਾ ਜੀਵ ਹੈ ਨਾ, ਜਾਂ ਦੂਜਾ ਭਾਵ ਹੈ ਮਨ ਤਨ ਵਾਸਨਾ ਬਹੁਤ ਵਿਸਥਾਰਾ, ਮਨ ਦੇ ਤਨ ਦੇ ਵਿੱਚ ਵਿਸ਼ੇ ਵਾਸਨਾ ਹੈ ਬਹੁਤ ਵਿਸਥਾਰਾ, ਤੇ ਬਹੁਤਾ ਹੀ ਜ਼ਿਆਦਾ ਮਾਇਆ ਦਾ ਵਿਸਥਾਰ ਹਰ ਸਮੇਂ ਕਰਦਾ ਰਹਿੰਦਾ ਹੈ। ਅਹੰ ਮੇਵ ਮੂਠੋ ਬੇਚਾਰਾ, ਇਹ ਜਿਹੜਾ ਜੀਵ ਹੈ ਪਾਤਸ਼ਾਹ ਕਹਿੰਦੇ ਅਹੰ ਮੇਵ ਕੀ ਹੈ, ਮੇਵ ਨੀਚੇ ਕਰਕੇ ਹੰਕਾਰ ਕਰਦਾ ਵੀ ਮੇਰੇ ਵਰਗਾ ਹੈ ਹੀ ਕੋਈ ਨਹੀਂ, ਤੇ ਇਸੇ ਹੰਕਾਰ ਦੇ ਵਿੱਚ ਜਿਹੜਾ ਬੇਚਾਰਾ ਤੁਸ਼ ਜਿਹਾ ਜੀਵ ਹੈ ਨਾ, ਮੂਠੋ ਲੁੱਟਿਆ ਗਿਆ ਹੈ ਸ਼ੁਭ ਗੁਣਾਂ ਵੱਲੋਂ, ਸਤ ਸੰਤੋਖ ਦਇਆ ਧਰਮ ਆਦਿਕ ਜਿਹੜੀ ਇਹਦੀ ਦੈਵੀ ਸੰਪਦਾ ਸੀ, ਉਹ ਸਾਰੀ ਕਾਮ ਕ੍ਰੋਧ ਚੋਰਾਂ ਨੇ ਲੁੱਟ ਲਈ ਹੈ, ਹੰਕਾਰ ਵਿੱਚ ਹੋਣ ਕਰਕੇ ਠੱਗਿਆ ਗਿਆ ਹੈ। ਅਨੇਕ ਦੋਖ ਅਰ ਬਹੁਤ ਸਜਾਏ, ਇਹ ਜੀਵ ਅਨੇਕਾਂ ਤਰ੍ਹਾਂ ਦੇ ਦੋਸ਼ਾਂ ਦੇ ਵਿੱਚ ਹੈ, ਸ਼ਬਦ ਸਪਰਸ਼ ਰੂਪ ਰਸ ਗੰਧ ਆਦਿ ਇਹ ਦੋਸ਼ ਕਰਦਾ ਹੈ ਹਰ ਸਮੇਂ।
ਅਰ ਬਹੁਤ ਸਜਾਈ ਅਤੇ ਉਹਨਾਂ ਦੋਖਾਂ ਵਿੱਚ ਪੈਣੇ ਕਰਕੇ ਅਤਿਅੰਤੀ ਸਜ਼ਾ ਮਿਲਦੀ ਹੈ ਫਿਰ ਇਹਨੂੰ ਕੀ ਕੀਮਤ ਕਹਿਣ ਨਾ ਜਾਏ। ਤੇ ਮਹਾਰਾਜ ਕਹਿੰਦੇ ਉਸ ਸਜ਼ਾ ਦੀ ਕੀਮਤ ਕਿਸੇ ਪਾਸੋਂ ਕਹਿਣ ਕਥਨ ਨਹੀਂ ਕੀਤੀ ਜਾ ਸਕਦੀ, ਕਿਸੇ ਮੁੱਲ ਵੱਟੇ ਨਹੀਂ ਬਜਿਆ ਜਾ ਸਕਦਾ। ਫਿਰ ਉੱਥੇ ਮਾਰ ਕੁਟਾਈ ਤੋਂ ਸਜ਼ਾ ਉਹ ਦੁੱਖ ਝੱਲਣੇ ਪੈਂਦੇ ਹਨ, ਉਹਦਾ ਕੋਈ ਮੁੱਲ ਨਹੀਂ ਤਾਰ ਸਕਦਾ। ਰੱਬ ਬਿਸਰਤ ਨਰਕ ਮਹਿ ਪਾਇਆ। ਇਹ ਗੱਲ ਨਿਸ਼ਚੇ ਨਾ ਪੱਲੇ ਬੰਨ ਲਓ ਕਿ ਜਿਨ੍ਹਾਂ ਜੀਵਾਂ ਨੇ ਪਰਮੇਸ਼ਰ ਨੂੰ ਭੁਲਾ ਦਿੱਤਾ ਹੈ, ਰੱਬ ਨੂੰ ਬਿਸਰਤ ਭੁੱਲਣੇ ਕਰਕੇ ਨਰਕ ਮਹਿ ਪਾਇਆ, ਜੀਵਾਂ ਨੂੰ ਨਰਕਾਂ ਵਿੱਚ ਪਾਇਆ ਜਾਂਦਾ ਹੈ। ਮਹਿ ਮਾਤ ਨਾ ਬੰਦ ਨਾ ਮੀਤ ਨਾ ਜਾਇਆ। ਉੱਥੇ ਨਾ ਦੇ ਮਾਤਾ ਰੱਖਿਆ ਕਰ ਸਕਦੀ ਹੈ ਤੇ ਨਾ ਕਰਦੀ ਹੈ, ਨਾ ਬੰਦ ਨਾ ਕੋਈ ਸੰਬੰਧੀ ਰਿਸ਼ਤੇਦਾਰ ਉਹ ਵੀ ਰੱਖਿਆ ਨਹੀਂ ਕਰਦਾ, ਨਾ ਮੀਤ, ਨਾ ਜਿਹੜੇ ਮਿੱਤਰ ਹਨ ਹਾਣੀ ਜਿਹਨਾਂ ਨਾਲ ਖੇਡਦਾ ਪੜ੍ਹਦਾ ਰਿਹਾ ਉਹ ਵੀ ਰੱਖਿਆ ਨਹੀਂ ਕਰਦੇ, ਨਾ ਜਾਇਆ ਤੇ ਜਾਏ ਜਿਹੜੇ ਪੁੱਤਰ ਹਨ ਜਾਂ ਜਾਇਆ ਨਾਮ ਬੱਚਿਆਂ ਨੂੰ ਜਾਇਆ ਪੈਦਾ ਕਰਨ ਵਾਲੀ ਜੋ ਜਨਨੀ ਉਹਨਾਂ ਦੀ ਮਾਂ ਭਾਵ ਕੇ ਜੀਵ ਦੀ ਇਸਤਰੀ ਘਰ ਵਾਲੀ ਉਹ ਵੀ ਰੱਖਿਆ ਕਰ ਨਹੀਂ ਸਕਦੀ, ਉਹਨਾਂ ਦੀ ਇੱਥੋਂ ਤੋਂ ਪਹੁੰਚ ਨਹੀਂ ਹੈ। ਜਿਸ ਕਉ ਹੋਤ ਕਿਰਪਾਲ ਸੁਆਮੀ, ਜਿਨ੍ਹਾਂ ਦੇ ਆਪ ਰੱਬ ਕਿਰਪਾ ਕਰਦਾ ਹੈ ਕਿਰਪਾਲੂ ਹੁੰਦਾ ਹੈ ਪਰਮੇਸ਼ਰ। ਸੋ ਜਨ ਨਾਨਕ ਪਾਰ ਗ੍ਰਾਮੀ, ਪੰਜਵੇਂ ਪਾਤਸ਼ਾਹ ਕਹਿੰਦੇ ਵੀ ਉਹੀ ਜਨ ਸੇਵਕ ਪਾਰ ਗ੍ਰਾਮੀ, ਪਾਰ ਗ੍ਰਾਮੀ ਹੁੰਦਾ ਵੀ ਸਮੂਹ ਸੰਸਾਰ ਤੋਂ ਪਾਰ ਹੋ ਸਕਦਾ ਹੈ, ਉਹੀ ਪਾਰਗ੍ਰਾਮੀ ਹੈ, ਉਹੀ ਪਾਰ ਲੰਘਣ ਵਾਲਾ ਬਣਦਾ ਏ। ਭ੍ਰਮਤ ਭ੍ਰਮਤ ਪ੍ਰਭ ਸਰਨੀ ਆਇਆ, ਭ੍ਰਮਤ ਭ੍ਰਮਤ ਪ੍ਰਭ ਸਰਨੀ ਆਇਆ। ਕਹਿੰਦੇ ਜਿਹੜਾ ਜੀਵ ਜੂਨਾਂ ਚ ਭਰਮਦਾ ਭਰਮਦਾ ਹੋਇਆ ਅਖੀਰ ਪ੍ਰਭੂ ਦੀ ਸ਼ਰਨ ਕੋਟ ਵਿੱਚ ਆਉਂਦਾ ਹੈ ਨਾ, ਹੋਰ ਆਸਰੇ ਛੱਡ ਕੇ ਜਿਹੜਾ ਮਹਾਰਾਜ ਜੀ ਚਰਨ ਸ਼ਰਨ ਵਿੱਚ ਆ ਗਿਆ ਏ। ਦੀਨਾ ਨਾਥ ਜਗਤ ਪਿਤ ਮਾਇਆ, ਜੋ ਪਰਮੇਸ਼ਰ ਦੀਨਾ ਗਰੀਬਾਂ ਦਾ ਨਾਥ ਸਵਾਮੀ ਹੈ, ਸਾਰੇ ਜਗਤ ਦਾ ਪਿਤ ਮਾਇਆ ਮਾਤਾ ਪਿਤਾ ਰੂਪ ਹੈ, ਜਿਵੇਂ ਮਾਈ ਬਾਪ ਪਾਲਣਾ ਕਰਦੇ ਵੀ ਮਾਤਾ ਪਿਤਾ ਦੀ ਨਿਆਈ ਜੋ ਪਾਲਣਾ ਕਰਨ ਵਾਲਾ ਹੈ। ਰੱਬ ਦਿਆਲ ਦੁੱਖ ਦਰਦ ਬੇਦਾਰਨ, ਰੱਬ ਦਿਆਲ ਉਹ ਪਰਮੇਸ਼ਰ ਦਇਆ ਦਾ ਘਰ ਹੈ, ਦੁੱਖ ਜੰਮਣ ਮਰਨ ਦਾ ਦੁੱਖ ਦਰਦ ਅਵਿਦਿਆ ਦੀਆਂ ਪੀੜਾਂ ਬੇਦਾਰਨ ਇਹਨਾਂ ਸਾਰੇ ਨੂੰ ਬੇਦਾਰਨ ਨਾਸ਼ ਕਰਨ ਵਾਲਾ ਕੱਟਣ ਵਾਲਾ ਏ। ਜਿਸ ਭਾਵੈ ਤਿਸ ਹੀ ਨਿਸਤਾਰ, ਜਿਸ ਨੂੰ ਪਰਮੇਸ਼ਰ ਜਿਸ ਭਾਵ ਹੈ ਜਿਸ ਦੀ ਵਾਹਿਗੁਰੂ ਨੂੰ ਸ਼ਰਧਾ ਭਗਤੀ ਭਾਵੇ ਭਾ ਜਾਂਦੀ ਹੈ ਨਾ, ਚੰਗੀ ਲੱਗਦੀ ਵੀ ਇਹ ਬੰਦਾ ਨਿਰਛਲ ਹੋ ਕੇ ਬੰਦਗੀ ਕਰ ਰਿਹਾ, ਬਾਣੀ ਪੜ੍ਹ ਰਿਹਾ, ਸੇਵਾ ਕਰ ਰਿਹਾ, ਤਿਸ ਹੀ ਨਿਸਤਾਰਨ ਉਸੇ ਵੀ ਮਹਾਰਾਜ ਸਾਹਿਬ ਜੀ ਕਹਿੰਦੇ ਪਰਮੇਸ਼ਰ ਸੰਸਾਰ ਤੋਂ ਨਿਸਤਾਰਨ ਤਾਰ ਦਿੰਦਾ ਹੈ, ਉਹਦੇ ਛੁਟਕਾਰਾ ਹੁੰਦਾ ਏ। ਅੰਧਕੂਪ ਤੇ ਕਾਟਨਹਾਰਾ, ਜੋ ਵਾਹਿਗੁਰੂ ਅੰਧਕੂਪ ਤੇ ਅੰਨਾ ਖੂਹ ਜਿਹੜਾ ਹੈ ਸੰਸਾਰ ਰੂਪ ਜਾਂ ਅਗਿਆਨਤਾ ਰੂਪੀ ਅੰਨੇ ਖੂਹ ਦੇ ਵਿੱਚੋਂ ਕਾਢਨਹਾਰਾ ਬਾਹਰ ਮੁਕਤੀ ਰੂਪੀ ਕਿਨਾਰੇ ਤੇ ਕੱਢਣ ਵਾਲਾ ਲੋਕ ਪਰਮੇਸ਼ਰ ਹੈ। ਪ੍ਰੇਮ ਭਗਤ ਹੋਵਤ ਨਿਸਤਾਰ, ਉਹਦੀ ਪ੍ਰੇਮਾ ਭਗਤੀ ਕਰਨ ਦੇ ਨਾਲ ਹੀ ਜੰਮਣ ਮਰਨ ਤੋਂ ਜੀਵ ਦਾ ਨਿਸਤਾਰਾ ਛੁਟਕਾਰਾ ਹੁੰਦਾ, ਤਰਨਾ ਹੁੰਦਾ ਸੰਸਾਰ ਸਮੁੰਦਰ ਤੋਂ। ਸਾਧ ਰੂਪ ਆਪਣਾ ਤਨ ਧਾਰਿਆ, ਵਾਹਿਗੁਰੂ ਨੇ ਆਪ ਹੀ ਸਾਧ ਸ੍ਰੇਸ਼ਟ ਸਰੂਪ ਗੁਰੂ ਨਾਨਕ ਦੇਵ ਮਹਾਰਾਜ ਦੇ ਰੂਪ ਦੇ ਵਿੱਚ ਹੀ ਆਪਣਾ ਤਨ ਸਰੀਰ ਧਾਰਨ ਕੀਤਾ ਹੈ ਜਗਤ ਦੀ ਕਲਿਆਣ ਹਿਤ। ਅਗਨ ਤੇ ਆਪ ਉਬਾਰਿਆ, ਮਾਇਆ ਦੀ ਈਰਖਾ ਦੀ ਤ੍ਰਿਸ਼ਨਾ ਦੀ ਇਹ ਬਹੁਤ ਮਹਾ ਵੱਡੀ ਅਗਨੀ ਹੈ ਜੰਮਣ ਮਰਨ ਰੂਪੀ, ਮਹਾ ਅਗਨ ਤੇ ਇਹ ਵੱਡੀ ਅੱਗ ਤੋਂ ਨਾ ਆਪ ਉਬਾਰਿਆ, ਇਸ ਸਰਨ ਤੋਂ ਪਰਮੇਸ਼ਰ ਨੇ ਆਪ ਹੀ ਆਪਣੇ ਸੇਵਕਾਂ ਨੂੰ ਸਦਾ ਉਬਾਰਿਆ ਬਚਾਇਆ ਹੈ, ਸਾਧੂ ਰੂਪ ਬਣਾ
ਨਾ ਕਰਕੇ ਜਪ ਤਪ ਸੰਜਮ ਇਸ ਤੇ ਵਿਛ ਨਾਹੀ। ਨਹੀਂ ਤਾਂ ਜਿਹੜਾ ਜੀਵ ਹੈ ਨਾ ਇਹ ਸਮਰੱਥਾ ਨਹੀਂ ਹੈ ਕੋਈ ਜਪ ਬਾਣੀ ਕਰਕੇ ਜਾਪ ਕਰਨਾ ਤਪ ਸਰੀਰ ਕਰਕੇ ਸੇਵਾ ਕਰਨ ਦੀ ਤਪੱਸਿਆ ਕਰਨੀ ਅਤੇ ਸੰਜਮ ਆਪਣੇ ਇੰਦਰੀਆਂ ਦੇ ਕਾਬੂ ਰੱਖਣਾ ਸੰਗਮ ਆਦਿਕ ਸਾਧਨ ਕਰਨੇ ਇਸ ਤੇ ਕਿਸ ਨਾ ਹੀ ਇਹ ਅਲਪਕ ਜੀਵ ਦੇ ਕੋਲੋਂ ਕੁਝ ਵੀ ਨਹੀਂ ਹੋ ਸਕਦਾ ਆਪਣੇ ਆਪ ਇਹਦੇ ਵਾਹਿਗੁਰੂ ਹੀ ਸੇਵਾ ਬੰਦਗੀ ਕਰਾ ਸਕਦਾ ਤੇ ਕਰਾਉਂਦਾ ਹੈ। ਆਦ ਅੰਤ ਪ੍ਰਭ ਅਗਮ ਅਗਾਹੀ ਪਰਮੇਸ਼ਰ ਮਹਾਰਾਜ ਸਾਹਿਬ ਜੀ ਕਹਿੰਦੇ ਕਹੀ ਅਗਮ ਮਨ ਦੇ ਸੰਕਲਪਾਂ ਦੀ ਗਮਤਾ ਤੋਂ ਰਹਿਤ ਹੈ ਅਗਾਹੀ ਤੇ ਅਸ਼ੁੱਧ ਬੁੱਧੀ ਕਰਕੇ ਅਗਾਹੀ ਗ੍ਰਹਿਣ ਨਹੀਂ ਕੀਤਾ ਜਾ ਸਕਦਾ ਅਗਾਧ ਹੈ ਆਦ ਅੰਤ ਉਹ ਵਾਹਿਗੁਰੂ ਆਦ ਮੁੱਢ ਰੂਪ ਹੈ ਜਗਤ ਦਾ ਦੇ ਅੰਤ ਰੂਪ ਵੀ ਆਪ ਹੈ ਭਾਵ ਕੇ ਆਦ ਅੰਤ ਵਿੱਚ ਉਹੀ ਰਹੇਗਾ ਬਾਕੀ ਸਭ ਬਿਨਸੰਹਾਰ ਹਨ ਨਾਮ ਦੇ ਜੋ ਜਿਹੜਾ ਸਾਰਿਆਂ ਦਾ ਹੀ ਆਦ ਅੰਤ ਹੈ ਅੰਤ ਹੋ ਜਾਂਦਾ ਬੰਦੇ ਦਾ ਪਰ ਉਹਦਾ ਅੰਤ ਨਹੀਂ ਹੁੰਦਾ ਆਦ ਜੰਮਣ ਤੋਂ ਪਹਿਲਾਂ ਵੀ ਉਹੀ ਹੁੰਦਾ ਹੈ ਇਸ ਪ੍ਰਕਾਰ ਸਾਰਿਆਂ ਦਾ ਆਦ ਮੁੱਢ ਰੂਪ ਵੀ ਪਰਮੇਸ਼ਰ ਹੈ ਤੇ ਅੰਤ ਦੇ ਵਿੱਚ ਵੀ ਉਹੀ ਰਹੇਗਾ ਜਿਹੜਾ ਪ੍ਰਭੂ ਅਗਮ ਅਪਹੁੰਚ ਹੈ ਅਗਾਹੀ ਅਗਾਧ ਡੂੰਘੇ ਤੋਂ ਡੂੰਘਾ ਉਸ ਵਾਹਿਗੁਰੂ ਅੱਗੇ ਏਦਾਂ ਬੇਨਤੀ ਕਰੀਏ ਤਾਂ ਸਾਡਾ ਉਤਾਰਾ ਹੋ ਸਕਦਾ ਏ ਉਹਨੂੰ ਕਹੀਏ ਨਾਮ ਦੇ ਮਾਤਾ ਦਾਸ ਤੇਰਾ ਮਹਾਰਾ ਮੈਨੂੰ ਆਪਣਾ ਅੰਮ੍ਰਿਤ ਨਾਮ ਬਖਸ਼ ਦਿਓ ਮੈਂ ਤੇਰਾ ਦਾਸ ਸੇਵਕ ਬਣ ਕੇ ਆਪ ਜੀ ਤੋਂ ਨਾਮ ਦੀ ਦਾਤ ਮੰਗਦਾ ਹਾਂ ਹਰ ਜੀਵਨ ਪਦ ਨਾਨਕ ਸਭ ਮੇਰਾ ਗੁਰੂ ਅਰਜਨ ਦੇਵ ਸਾਹਿਬ ਬਖਸ਼ਿਸ਼ ਕਰਦੇ ਹੈ ਪ੍ਰਭੂ ਪਰਮੇਸ਼ਰ ਹਰ ਜੀਵਨ ਪਦ ਨਾਨਕ ਪ੍ਰਭ ਮੇਰਾ ਤੂੰ ਹੀ ਮੇਰਾ ਲੋਕ ਪ੍ਰਲੋਕ ਵਿੱਚ ਰੱਖਿਆ ਹੈ ਤੇ ਮਹਾਰਾਜ ਤੂੰ ਹੀ ਮੈਨੂੰ ਜੀਵਨ ਪਦ ਜੀਵਨ ਮੁਕਤੀ ਦੀ ਪਦਵੀ ਦੇਣ ਵਾਲਾ ਹੈ ਜਿਉਂਦੇ ਮੁਕਤ ਕਰਨ ਵਾਲਾ ਮੇਰਾ ਤੂੰ ਹੀ ਮਾਲਕ ਹੈ ਮਾਰੂ ਮਹੱਲਾ ਪੰਜਵਾ ਕਤ ਕਉ ਨਹਿ ਕਾਵਹੁ ਲੋਕਾ ਮਹਾਰਾਜ ਸਾਹਿਬ ਜੀ ਕਹਿੰਦੇ ਲੋਕਾਂ ਦੇ ਵਿਸ਼ਰਾਮ ਕਤ ਕਉ ਨਹਿ ਕਾਵਹੁ ਲੋਕਾ ਹੇ ਲੋਕਾ ਲੋਕੋ ਤੁਸੀਂ ਕਿਸ ਵਾਸਤੇ ਪਖੰਡ ਦਾ ਭੇਖ ਧਾਰਨ ਕਰਕੇ ਜਾਂ ਭਰਮ ਦੇ ਵਿੱਚ ਪਾ ਕਰਕੇ ਲੋਕਾਂ ਨੂੰ ਡਹਿਕਾਵੋ ਭਰਮਾਉਂਦੇ ਹੋ ਜਾਂ ਆਪਣੇ ਮਨ ਨੂੰ ਕਿਉਂ ਇੱਧਰ ਉੱਧਰ ਭਟਕਾਉਂਦੇ ਹੋ ਭਰਮ ਵਿੱਚ ਪੈ ਕੇ ਮੋਹਨ ਦੀਨ ਕਿਰਪਾਏ ਕਿਉਂਕਿ ਜੋ ਮੋਹਨ ਭਗਤਾਂ ਦੇ ਚਿੱਤ ਨੂੰ ਮੋਹ ਲੈਣ ਵਾਲਾ ਮੋਹਿਤ ਕਰਨ ਵਾਲਾ ਹਰੀ ਪਰਮੇਸ਼ਰ ਹੈ ਦੀਨ ਕਿਰਪਾਈ ਉਹਦੇ ਦੀਨਾਂ ਤੇ ਗਰੀਬਾਂ ਤੇ ਸਦਾ ਹੀ ਕਿਰਪਾ ਕਰਦਾ ਤਰਸ ਕਰਦਾ ਏਸੀ ਜਾਨ ਪਾਏ ਗੁਰਾ ਪਾਸੋਂ ਮਹਾਰਾਜ ਕਹਿੰਦੇ ਵੀ ਅਸੀਂ ਐਸੀ ਸਿੱਖਿਆ ਜਿਹੜੀ ਹੈ ਨਾ ਐਸੀ ਜਾਨ ਪਾਈ ਗੁਰਾਂ ਦੀ ਕਿਰਪਾ ਕਰਕੇ ਗੁਰਾਂ ਦੀ ਸਿੱਖਿਆ ਦੁਆਰਾ ਹੀ ਇਹੋ ਜਿਹੀ ਜਾਨ ਨਾਮ ਜਾਣਨਾ ਸਮਝਦਾ ਇਹੋ ਜੀ ਸਮਝ ਪਾਉਣਾ ਕੀਤੀ ਹੈ ਇਹੋ ਜੀ ਸਾਨੂੰ ਅਗਲ ਪ੍ਰਾਪਤ ਹੋਈ ਹੈ ਗੁਰਾਂ ਦੁਆਰਾ ਸਰਣ ਸੂਰੋ ਗੁਰਦਾਤਾ ਸਰਣ ਸੂਰੋ ਗੁਰਦਾਤਾ ਜੋ ਗੁਰੂ ਸਾਹਿਬ ਜੀ ਹਨ ਉਹ ਹਰ ਪ੍ਰਕਾਰ ਦੇ ਮੁਕਤੀਆਂ ਦੇ ਬ੍ਰਹਮ ਗਿਆਨ ਦੇ ਦੇਣ ਵਾਲੇ ਦਾਤੇ ਹਨ ਤੇ ਸਰਣ ਆਇਆ ਵੀ ਸੂਰਮਿਆਂ ਦੀ ਨਿਆਈ ਰੱਖਿਆ ਕਰਨ ਵਾਲੇ ਹਨ ਜਿਵੇਂ ਸੂਰਮੇ ਦੀ ਸ਼ਰਨ ਆਏ ਨੂੰ ਕੋਈ ਮਾਰ ਨਹੀਂ ਸਕਦਾ ਇਹ ਮਹਾਰਾਜ ਸ਼ਰਨ ਆਏ ਨੂੰ ਜੰਮਣ ਮਰਨ ਤੋਂ ਜਮਾਂ ਤੋਂ ਬਚਾਉਂਦੇ ਹਨ ਤੇ ਸਰਵ ਪਦਾਰਥਾਂ ਦੇ ਦਾਤੇ ਹਨ ਰਾਖੈ ਆਪ ਵਡਾਏ ਆਪ ਹੀ ਵਾਹਿਗੁਰੂ ਗੁਰਾਂ ਦੁਆਰਾ ਨਾਮ ਦੀ ਵਡਿਆਈ ਬਖਸ਼ ਕਰਕੇ ਰੱਖ ਲੈਂਦਾ ਏ ਭਗਤਾ ਕਾ ਆਗਿਆਕਾਰੀ ਆਗਿਆਕਾਰੀ ਜੋ ਪਰਮੇਸ਼ਰ ਹੈ
ਉਹ ਰਜਾ ਵਿੱਚ ਚੱਲਣ ਵਾਲੇ ਭਗਤਾਂ ਦਾ ਵੀ ਆਗਿਆਕਾਰੀ ਆ। ਵੇਖੋ ਜਿਹੜੇ ਰੱਬ ਦੀ ਆਗਿਆ ਚੱਲਦੇ ਨੇ, ਰੱਬ ਉਹਨਾਂ ਦੀ ਆਗਿਆ ਮੰਨਦਾ, ਭਾਵ ਭਗਤਾਂ ਦੀ ਬਾਣੀ, ਭਗਤਾਂ ਦਾ ਵਚਨ, ਭਗਤਾਂ ਦੀ ਬੇਨਤੀ ਨੂੰ ਮੰਨਣ ਵਾਲਾ ਹੈ। ਸਦਾ ਸਦਾ ਸੁਖਦਾਈ, ਹਮੇਸ਼ਾ ਹੀ ਸੁੱਖਾਂ ਦੇ ਦੇਣ ਵਾਲਾ ਸੁਖਦਾਈ ਹੈ। ਆਪਣੇ ਕਉ ਕਿਰਪਾ ਕਰੀਆ ਹੋ, ਇਹ ਮਹਾਰਾਜ ਆਪਣੇ ਕਉ ਆਪਣੇ ਸੇਵਕ ਦਾਸ ਉੱਤੇ ਕਿਰਪਾ ਕਰੀਓ, ਮੇਰ ਦ੍ਰਿਸ਼ਟੀ ਕਰਨਾ ਕਰੋ ਮੈਨੂੰ ਆਪਣਾ ਜਾਣ ਕੇ, ਇੱਕ ਨਾਮ ਮੇਰੇ ਕਰੋ ਵੀ ਮੈਂ ਮਹਾਰਾਜ ਮਨ ਚਿਤ ਬਿਰਤੀ ਇਕਾਗਰ ਕਰਕੇ ਆਪਦੇ ਕਮਰਤ ਨਾਮ ਨੂੰ ਧਿਆਉਣਾ ਕਰਾਂ, ਅਰਾਧਦਾ ਰਹਾਂ। ਨਾਨਕ ਦੀਨ ਨਾਮ ਮਾਗੈ, ਪਾਤਸ਼ਾਹ ਕਹਿੰਦੇ ਵਾਹਿਗੁਰੂ ਮੈਂ ਦੀਨ ਗਰੀਬ ਨਿਮਰਤਾ ਦੇ ਨਾਲ ਤੇਰੇ ਅੰਮ੍ਰਿਤ ਨਾਮ ਦੀ ਦਾਤ ਨੂੰ ਮੰਗਦਾ ਹਾਂ। ਦੁਤੀਆ ਭਰਮ ਚੁਕਾਏ, ਇਹ ਨਾਮ ਦਾ ਮਹਾਰਾਜ ਮੈਨੂੰ ਦਾਨ ਦਿਓ, ਕਿਉਂਕਿ ਆਪ ਜੀ ਦਾ ਅੰਮ੍ਰਿਤ ਨਾਮ ਜੋ ਹੈ ਨਾ, ਦੁਤੀਆ ਭਰਮ ਚੁਕਾਈ, ਇਹ ਦਵੈਤ ਭਾਵ ਦੇ ਭਰਮ ਨੂੰ ਹਿਰਦੇ ਤੋਂ ਚੁਕਾਈ ਚੁੱਕ ਦੇਣ ਵਾਲਾ, ਦੂਰ ਕਰ ਦੇਣ ਵਾਲਾ ਹੈ। ਨਾਮ ਕਰਕੇ ਸਭ ਭਰਮ ਭਟਕਣਾ ਮਿਟਦੀ ਹੈ, ਨਾਮ ਬਖਸ਼ ਦੇ। ਮਾਰੂ ਮਹੱਲਾ ਪੰਜਵਾ, ਮੇਰਾ ਠਾਕੁਰ ਅਤ ਭਾਰਾ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਇਹ ਸੰਤ ਜਨਮ ਭਗਤੋ, ਮੇਰਾ ਜੋ ਠਾਕੁਰ ਸਵਾਮੀ ਪਰਮੇਸ਼ਰ ਹੈ, ਅਤ ਭਾਰਾ ਉਹ ਅਤਿਅੰਤ ਹੀ ਭਾਰਾ ਹੈ, ਭਾਵ ਕੇ ਸਾਰਿਆਂ ਦਾ ਹੀ ਆਸਰਾ ਰੂਪ ਹੈ ਤੇ ਭਾਰਾ ਸਭ ਤੋਂ ਵੱਡਾ ਹੈ। ਮੋਹੇ ਸੇਵਕ ਬੇਚਾਰਾ, ਪਰ ਮੈਂ ਤਾਂ ਵੇਖੋ ਵੀ ਮੋਹੇ ਮੈਂ ਜਿਹੜਾ ਨਾ ਬੇਚਾਰਾ ਤੁਛ ਜਿਹਾ ਸੇਵਕ ਹਾਂ, ਮੇਰਾ ਮਾਲਕ ਬਹੁਤ ਹੀ ਬਲੀ ਹੈ ਤੇ ਮੈਂ ਰੱਬ ਦਾ ਨਿਮਾਣਾ ਜਿਹਾ ਗਰੀਬ ਜਿਹਾ ਦਾਸ ਹਾਂ। ਮੋਹਨ ਲਾਲ ਮੇਰਾ ਪ੍ਰੀਤਮ ਮਨ ਪ੍ਰਾਣਾ, ਮੋਹਨ ਲਾਲ ਮੇਰਾ ਪ੍ਰੀਤਮ ਮਨ ਪ੍ਰਾਣਾ, ਉਹ ਪਰਮੇਸ਼ਰ ਜੋ ਹੈ ਨਾ ਭਗਤਾਂ ਦੇ ਮਨ ਨੂੰ ਮੋਹ ਲੈਣ ਵਾਲਾ, ਉਹ ਲਾਲ ਪ੍ਰੀਤਮ ਮੇਰੇ ਮਨ ਦਾ ਮੇਰੇ ਪ੍ਰਾਣਾ ਦਾ ਆਸਰਾ ਹੈ। ਉਹ ਪਰਮੇਸ਼ਰ ਜੋ ਅਕਾਲ ਪੁਰਖ ਹੈ, ਆਪਣੇ ਭਗਤਾਂ ਨੂੰ ਲਾਲ ਪ੍ਰੇਮ ਵਿੱਚ ਮੋਹਿਤ ਕਰਨ ਵਾਲਾ ਜੋ ਮੇਰਾ ਵਾਹਿਗੁਰੂ ਹੈ, ਮੇਰੇ ਮਨ ਤੇ ਪ੍ਰਾਣਾ ਦਾ ਵੀ ਉਹ ਪ੍ਰੀਤਮ ਪਿਆਰਾ ਆਸਰਾ ਏ। ਮੋਹ ਕਉ ਦੇਹੋ ਦਾਨਾ, ਮੋਹ ਕਉ ਦੇਹੋ ਦਾਨਾ, ਉਹ ਮੈਨੂੰ ਦਾਨ ਦੇਣਾ ਕਰਦਾ ਹੈ। ਜਾਂ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਇਹ ਸੰਤ ਜਨੋ, ਮੋਹ ਕੋ ਮੇਰੇ ਤਾਂ ਉਸ ਵਾਹਿਗੁਰੂ ਦੀ ਪ੍ਰਾਪਤੀ ਵਾਲਾ ਗਿਆਨ ਦਾ ਦਾਨ ਦੇਣਾ ਕਰੋ। ਰਹਾਉ ਸਗਲੇ ਮੈਂ ਦੇਖੇ ਜੋਈ, ਸਾਰੀ ਮੈਂ ਦੁਨੀਆਂ ਵਿੱਚ ਵੱਡੇ ਵੱਡੇ ਕਹਾਉਣ ਵਾਲੇ ਜਿਹੜੇ ਨੇ ਨਾ, ਜੋਈ ਜੋ ਕੇ ਜਾਂ ਖੋਜ ਕਰਕੇ ਵੇਖ ਲਏ ਹਨ, ਸਭ ਦੀ ਪ੍ਰਭਤਾ ਵੇਖ ਲਈ ਹੈ। ਬੀਜੋ ਅਵਰ ਨਾ ਕੋਈ, ਵਾਹਿਗੁਰੂ ਦੇ ਬੀਜੋ, ਬੀਜੋ ਨਾਮ ਹੈ ਦੂਸਰਾ, ਪਰਮੇਸ਼ਰ ਦੇ ਬਰਾਬਰ ਦਾ ਦੂਜਾ ਹੋਰ ਕੋਈ ਵੀ ਸਮਰੱਥ ਨਹੀਂ ਹੈ। ਜੀਵਨ ਪ੍ਰਤਪਾਲ ਸਮਾਹ ਹੈ, ਜੀਵਨ ਪ੍ਰਤਪਾਲ ਸਮਾਹ ਹੈ, ਉਹ ਵਾਹਿਗੁਰੂ ਸਾਰੇ ਜੀਵਾਂ ਦੇ ਅੰਦਰ ਮਹਾਰਾਜ ਸਾਹਿਬ ਕਹਿੰਦੇ ਚੇਤਨ ਨੂੰ ਹੋ ਕੇ ਜੋ ਵਰਤ ਰਿਹਾ ਹੈ, ਸਾਰਿਆਂ ਦੇ ਪ੍ਰਤੀ ਨਾ ਹੀ ਪਾਲਣਾ ਕਰਨ ਵਾਲਾ ਹੈ। ਸਮਾਹ ਨਾਮ ਹੈ ਸਾਰਿਆਂ ਨੂੰ ਰਿਜਕ ਸੰਭਾਹੇ, ਪਹੁੰਚਾਉਂਦਾ ਪੜਾਉਂਦਾ ਹੈ, ਜਿਹਨੂੰ ਆਪਾਂ ਅੱਜ ਦੀ ਬੋਲੀ ਚ ਹੋਮ ਡਿਲੀਵਰੀ ਕਹਿੰਦੇ ਹਾਂ, ਉਹ ਹੋਮ ਡਿਲੀਵਰੀ ਕਰਦਾ ਹੈ। ਸਭ ਦਾ ਰਿਜਕ ਸੈਲ ਪੱਥਰ ਮੈਂ ਜੰਤੋ ਪਾਏ, ਤਾਕਾ ਰਿਜਕ ਆਗਿਆ ਕਰ ਧਰੇ, ਆਗੇ ਲਿਆ ਕੇ ਰੱਖ ਦਿੰਦਾ ਸਭ ਦਾ ਰਿਜਕ ਹੈ। ਹੋਸੀ ਆਹੇ, ਅਤੇ ਮਹਾਰਾਜ ਸਾਹਿਬ ਕਹਿੰਦੇ ਉਹ ਪਰਮੇਸ਼ਰ ਹੈ, ਹੁਣ ਵਰਤਮਾਨ ਸਮੇਂ ਵਿੱਚ ਵੀ ਹੈ, ਹੋਸੀ ਭਵਿੱਖ ਕਾਲ ਵਿੱਚ ਵੀ ਹੋਵੇਗਾ, ਆਹੇ ਅਤੇ ਜੋ ਪਿਛਲਾ ਸਮਾਂ ਲੰਘ ਗਿਆ ਹੈ ਨਾ, ਉਹਦੇ ਵਿੱਚ ਵੀ ਆਹੇ ਸੀ, ਮੌਜੂਦ ਸੀ ਮਾਲਕ। ਦਇਆ ਮੋਹੇ ਕੀਜੈ ਦੇਵਾ, ਮਹਾਰਾਜ ਕਹਿੰਦੇ ਹੈ ਦੇਵਾ ਪ੍ਰਕਾਸ਼ ਨੂੰ ਵਾਹਿਗੁਰੂ ਮੇਰੇ ਉੱਤੇ ਦਇਆ ਦ੍ਰਿਸ਼ਟੀ ਕਰਦੇ ਹੋ। ਨਾਨਕ ਲਾਗੋ ਸੇਵਾ, ਮਹਾਰਾਜ ਕਹਿੰਦੇ ਜੋ ਆਪ ਜੀ ਦੀ ਭਗਤਾ
ਸਾਖ ਸੇਵਾ ਵਿੱਚ ਭਗਤੀ ਕੰਮ ਦੀ ਸੇਵਾ ਟਹਿਲ ਦੇ ਵਿੱਚ ਹੀ ਲਾਗੋ ਲੱਗਣਾ ਕਰਾਂ, ਸਦਾ ਜੁੜਿਆ ਰਹਾਂ, ਇਹ ਮੇਰੇ ਤੇ ਦਇਆ ਦ੍ਰਿਸ਼ਟੀ ਕਰ ਦਿਓ। ਮਾਰੂ ਮਹੱਲਾ ਪੰਜਵਾਂ ਪਤਤ ਉਧਾਰਨ ਤਾਰਨ। ਮਹਾਰਾਜ ਕਹਿੰਦੇ ਭਾਈ ਜੋ ਵਾਹਿਗੁਰੂ ਪਾਪੀ ਗਰਕੇ ਹੋਇਆ ਨੂੰ ਵੀ ਉਧਾਰਨ ਵਾਲਾ ਹੈ, ਉਧਾਰ ਕਰਨ ਵਾਲਾ, ਪਵਿੱਤਰ ਬਣਾ ਕੇ ਤਾਰਨ ਤੇ ਸੰਸਾਰ ਸਮੁੰਦਰ ਚੋਂ ਡੁੱਬਦਿਆਂ ਨੂੰ ਤਾਰਨ ਵਾਲਾ ਏ। ਮਹਾਤਮਾ ਪਰਮਾਤਮਾ ਨਾਲ ਜੋ ਮਿਲਿਆ ਹੋਇਆ ਜਨ ਹੈ ਉਹ ਸਾਨੂੰ ਮਿਲ ਜਾਵੇ ਜੇ। ਇਸ ਮਹਾਂਪੁਰਖ ਦੀ ਸੰਗਤ ਕਰਕੇ ਸਭ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਨੂੰ ਉਹਦੇ ਨਾਮ ਨੂੰ ਮਨ ਬਾਣੀ ਸਰੀਰ ਕਰਕੇ ਧਿਆਈਏ, ਧਿਆਉਣਾ ਆਰਾਧਨਾ ਕਰੀਏ, ਕੋਈ ਇਹੋ ਜਿਹਾ ਸੰਤ ਮਿਲੇ ਜਿਹਦੇ ਨਾਲ ਮਿਲਿਆ ਨਾਮ ਚਿਤਾਵੇ। ਮਹਾਰਾਜ ਮੈਨੂੰ ਦੁਨੀਆਂ ਦੇ ਵਿੱਚ ਕੋਈ ਵੀ ਨੀ ਜਾਣਦਾ, ਮੇਰੀ ਕੀ ਹਸਤੀ ਹੈ ਪਾਤਸ਼ਾਹ, ਦਾਸ ਤੁਹਾਡਾ ਹੀ, ਤੇਰਾ ਹੀ ਦਾਸ ਸੇਵਕ, ਕਹੀਏ ਕਹੀ ਦਾ ਅਖਵਾਉਂਦਾ ਹਾਂ, ਲੋਕ ਤੇਰਾ ਸੇਵਕ ਜਾਣਦੇ ਨੇ ਮੈਨੂੰ ਨਿਮਾਣਾ ਜਿਹਾ। ਮਹਾਰਾਜ ਇਹੋ ਹੀ ਮੇਰੇ ਮਨ ਵਿੱਚ ਓਟ ਟੇਕ ਤੇ ਇਹੋ ਹੀ ਮੇਰੇ ਸਰੀਰ ਦਾ ਆਧਾਰਾ ਆਸਰਾ ਹੈ, ਭਾਵ ਤੂੰ ਆਪਣੇ ਦਾਸ ਦੀ ਲਾਜ ਰੱਖੇਗਾ, ਮੈਨੂੰ ਭਰੋਸਾ ਹੈ। ਮਹਾਰਾਜ ਤੂੰ ਸਰਬ ਸਾਰੀ ਧਰਤੀ ਆਦਿਕ ਤੱਤਾਂ ਨੂੰ ਜੀਵਾਂ ਨੂੰ ਧਾਰਨ ਵਾਲਾ ਹੈ, ਆਪਣੇ ਆਸਰੇ ਚ ਟਿਕਾਉਣ ਵਾਲਾ ਹੈ ਤੇ ਪ੍ਰਤ ਪਾਰਨ ਸਾਰਿਆਂ ਦੇ ਪ੍ਰਤੀ ਤਾਂ ਹੀ ਪਾਲਣਾ ਕਰਨ ਵਾਲੇ ਹੋ। ਦੀਨ ਗਰੀਬ ਇੱਕ ਬੇਨਤੀ ਕਰਦਾ ਹਾਂ ਤੁਹਾਡੇ ਚਰਨਾਂ ਤੇ, ਸੁਣਨਾ ਕਰੋ। ਤੁਮਰੀ ਵਿਦ ਤੁਮਹੀ ਜਾਣੋ। ਮਹਾਰਾਜ ਜਿਹੜੀ ਤੁਮਰੀ ਵਿਦ ਜਿਹੜੀ ਤੁਹਾਡੀ ਖੁਸ਼ੀ ਲੈਣ ਦੀ ਵਿਧੀ ਹੈ, ਤੁਹਾਨੂੰ ਪ੍ਰਾਪਤ ਕਰਨ ਦਾ ਜੋ ਢੰਗ ਤਰੀਕਾ ਹੈ, ਜੁਗਤੀ ਹੈ, ਉਹ ਮਹਾਰਾਜ ਵਿਧੀ ਨੂੰ ਤੁਮ ਹੀ ਜਾਣੋ, ਤੁਸੀਂ ਆਪ ਹੀ ਜਾਣਦੇ ਹੋ, ਤੂੰ ਜਾਣਦਾ ਵੀ ਤੂੰ ਕਿਵੇਂ ਖੁਸ਼ ਹੋਣਾ ਤੇ ਮਿਲਦਾ ਹੈ। ਪਰ ਮਹਾਰਾਜ ਜੀ ਉਹ ਹੋਰ ਤਾਂ ਸਾਨੂੰ ਪਤਾ ਨੀ ਕੁਝ, ਜੇ ਤੂੰ ਜਲ ਪਾਣੀ ਦੀ ਨੀ ਆਈ ਹੈ ਨਾ, ਹਮ ਮੀਨਾ ਸੀ ਮਹਾਰਾਜ ਜੀਵ ਜਾਂ ਮੈਂ ਸੇਵਕ ਮੱਛੀ ਦੀ ਨੀ ਆਈ ਹਾਂ, ਜਿਵੇਂ ਪਾਣੀ ਬਿਨਾਂ ਮੱਛੀ ਨੀ ਵੱਸ ਸਕਦੀ, ਐਵੇਂ ਮੈਂ ਜਗਿਆਸੂ ਮੱਛੀ। ਮਹਾਰਾਜ ਜੀ ਉਹ ਤੂੰ ਪਾਣੀ ਨੂੰ ਬ੍ਰਹਮ ਹੈ, ਤੇਰੇ ਤੋਂ ਬਗੈਰ ਮੈਂ ਰਹਿ ਨੀ ਸਕਦੀ। ਪੂਰਨ ਵਿਸਥੀਰਨ ਸਵਾਮੀ, ਪੂਰਨ ਵਿਸਥੀਰਨ ਸਵਾਮੀ, ਹੇ ਪਰਿਪੂਰਨ ਵਿਸਥੀਰਨ, ਸਭ ਥਾਵਾਂ ਵਿੱਚ ਪਸਰੇ ਹੋਏ ਵਿਸਾਰ ਵਾਲੇ ਸਵਾਮੀ, ਜਗਤ ਦੇ ਮਾਲਕ ਪਰਮੇਸ਼ਰ, ਆਹੇ ਆਇਓ ਪਾਛਾ। ਮਹਾਰਾਜ ਮੈਂ ਤੇਰੀ ਪ੍ਰਾਪਤੀ ਵਾਸਤੇ ਆਹੇ ਨਾਮ ਹੁੰਦਾ ਚਾਹਨਾ, ਤਾਂਗ ਕਰਕੇ ਇੱਛਾ ਕਰਕੇ ਆਇਓ ਪਾਛਾ, ਤੇਰੀ ਸ਼ਰਨ ਦੇ ਤੇਰੇ ਚਰਨਾਂ ਦੇ ਪਾਤਸ਼ਾਹ ਪਿੱਛੇ ਆਇਆ ਹਾਂ, ਪਾਪ ਤੇਰੇ ਚਰਨ ਸ਼ਰਨ ਵਿੱਚ ਆਣ ਪਿਆ ਹਾਂ। ਸਗਲੋ ਭੂ ਮੰਡਲ ਖੰਡਲ। ਮਹਾਰਾਜ ਜੀ ਉਹ ਸਗਲੋ ਭੂ ਮੰਡਲ, ਸਾਰਾ ਜਿਹੜਾ ਭੂ ਪ੍ਰਿਥਵੀ ਦਾ ਮੰਡਲ ਗੋਲਾਕਾਰ ਚੱਕਰ ਹੈ, ਅਤੇ ਫੇਰ ਖੰਡਲ ਜਿੰਨੇ ਵੀ ਮਹਾਰਾਜ ਖੰਡਲ ਖੰਡ ਹਨ ਨੌ, ਜਿੰਨੇ ਵੀ ਹਿੱਸੇ ਨੇ ਦੁਨੀਆਂ ਦੇ, ਇਹ ਪਰਮੇਸ਼ਰ ਸਾਰੇ ਤੁਮ, ਤੈਨੂੰ ਹੀ ਆਛਾ ਨਾਮ ਚਾਹੁਣ ਦਾ ਵੀ ਹੈ, ਤੈਨੂੰ ਹੀ ਚਾਹੁੰਦੇ ਨੇ, ਜਾਂ ਆਛਾ ਨਾਮ ਸੁੰਦਰ ਦਾ ਵੀ ਹੈ, ਸਾਰਿਆਂ ਵਿੱਚ ਮਹਾਰਾਜ ਤੂੰ ਹੀ ਸੁੰਦਰ ਹੈ, ਜਾਂ ਆਛਾ ਨਾਮ ਸਾਧ ਸੰਗਤ ਹੈ ਦਾ ਵੀ ਹੈ, ਆਛਾ ਦੇ ਥਾਂ ਕਹਿ ਲਓ ਹੈ, ਪ੍ਰਭ ਤੁਮ ਹੀ
ਆਛਾਹੇ ਮਾਲਾ ਸਾਰੇ ਅਖੰਡਾਂ ਬ੍ਰਹਿਮੰਡਾਂ ਦੇ ਵਿੱਚ ਤੂੰ ਹੀ ਇਕਲਾ ਸਵਿਆਪਕ ਹੈ, ਸਾਰਿਆਂ ਵਿੱਚ ਤੂੰ ਹੀ ਵਸ ਰਿਹਾ ਏ। ਅਟਲ ਅਖਯੋ ਦੇਵਾ, ਹਾਂ ਅਖਯੋ, ਐੜੇ ਤੇ ਥੋੜਾ ਜਿਹਾ ਸਤਸੰਗਤ ਰੁਕ ਕੇ, ਅਟਲ ਅਖਯੋ ਦੇਵਾ, ਹੇ ਪਰਮੇਸ਼ਰ ਤੂੰ ਅਟਲ ਸਰੂਪ ਹੈ, ਪਰ ਜਿਹੜਾ ਸਰੂਪ ਟਲਦਾ ਨਹੀਂ ਹੈ ਅਖਯੋ, ਫਿਰ ਤੂੰ ਮਹਾਰਾਜ ਤਿੰਨਾਂ ਕਾਲਾਂ ਚ ਅਖਯੋ, ਖੈ ਨਾਮ ਹੁੰਦਾ ਨਾਸ਼ ਦਾ, ਨਾਸ ਤੋਂ ਰਹਿਤ ਅਵਨਾਸੀ ਹੈ, ਦੇਵਾ ਦੇਵਾ ਸਭ ਦਾ ਪ੍ਰਕਾਸ਼ ਰੂਪ ਹੈ, ਸਾਰਿਆਂ ਦੇ ਅੰਦਰ ਸ਼ਕਤੀ ਪ੍ਰਕਾਸ਼ਣ ਵਾਲਾ ਹੈ, ਮੋਹਨ ਅਲਖ ਅਪਾਰਾ, ਭਗਤਾਂ ਦੇ ਮਨ ਨੂੰ ਮੋਹਣ ਵਾਲਾ ਹੈ, ਅਲਖ ਅਸ਼ੁੱਧ ਮਨ ਕਰਕੇ ਜਾਣਿਆ ਨਹੀਂ ਜਾਂਦਾ, ਅਪਾਰਾ ਪ੍ਰਕਿਰਤੀ ਦੇ ਪਾਰਾ ਵਾਰ ਤੋਂ ਰਹਿਤ ਹੈ, ਦਾਨ ਪਾਵੋ ਸੰਤਾ ਸਾਖ, ਐਸੇ ਮਾਲਕਾ ਜਿਹੜੇ ਸਵਾਸ ਸਵਾਸ ਨਾਮ ਜਪਣ ਵਾਲੇ ਤੇਰੇ ਮਹਾਂਪੁਰਖ ਜਾਣੇ, ਉਹਨਾਂ ਦੀ ਸੰਗਤ ਕਰਨ ਦਾ ਦਾਨ ਮੇਰੇ ਅੰਤਕਰਨ ਵੀ ਪੱਲੇ ਪਾਉਣਾ ਕਰੋ, ਭਾਵ ਸੰਤਾਂ ਦੀ ਸੰਗਤ ਬਖਸ਼ੋ, ਨਾਨਕ ਰਹਿਣ ਦਾ ਸਾਰਾ, ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਕਹਿੰਦੇ ਉਹਨਾਂ ਸੰਤ ਜਨਾਂ ਦੇ ਦਾਸ ਸਾਰਾ, ਦਾਸਾਂ ਦੀ ਜੋ ਰੇਨ ਚਰਨ ਪੂਰੀ ਹੈ ਉਹ ਮੈਨੂੰ ਬਖਸ਼ ਦੇਣਾ ਕਰੋ, ਜਾਂ ਤੇਰੇ ਸੰਤਾਂ ਦੀ ਸੰਗਤ ਵਿੱਚੋਂ ਰੇਨ ਦਾ ਸਾਰਾ, ਤੇਰੇ ਦਾਸਾਂ ਦੀ ਚਰਨ ਪੂਰੀ ਦਾ ਦਾਨ ਮੈਨੂੰ ਮੈਂ ਪਾਉਣਾ ਕਰਾਂ, ਇਹ ਬਖਸ਼ਿਸ਼ ਕਰ ਦਿਓ ਮੇਰੇ ਤੇ। ਇਹ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਲੜੀਵਾਰ ਸਹਿਜ ਪਾਠ ਸੰਸਿਆ ਦੇ ਵਿੱਚ ਪਰਮ ਪਵਿੱਤਰ ਉਪਦੇਸ਼ ਬਖਸ਼ਿਆ ਹੈ। ਅੱਜ ਦਾ ਜੋ ਪਾਵਨ ਪਵਿੱਤਰ ਦਿਹਾੜਾ ਹੈ, ਸਤ ਸੰਗਤ ਨਾਨਕ ਸਾਹਿਬ ਕੈਲੰਡਰ ਦੇ ਅਖੀਰਲੇ ਮਹੀਨੇ ਦੀ, ਸਾਲ ਦੀ ਜੋ ਸਾਲ ਦਾ ਲਾਸਟ ਅਖੀਰਲਾ ਮਹੀਨਾ ਹੈ ਫੱਗਣ ਦਾ, ਉਹਦੀ ਆਰੰਭਤਾ ਹੋਈ ਹੈ ਅੱਜ, ਅਤੇ ਸੂਰਜ ਨੇ ਆਪਣੀ ਰਾਸ ਬਦਲੀ ਹੈ, ਇੱਕ ਰਾਸ਼ੀ ਤੋਂ ਦੂਸਰੀ ਰਾਸ਼ੀ ਦੇ ਵਿੱਚ ਸੂਰਜ ਨੇ ਪ੍ਰਵੇਸ਼ ਕੀਤਾ ਹੈ। ਫਿਰ ਲੋਕ ਦੇਵ ਸੂਰਜ ਨੂੰ ਮੰਨਣ ਵਾਲੇ ਕੀ ਕਰਦੇ, ਵੀ ਸੂਰਜ ਦੀ ਪੂਜਾ ਕਰਦੇ ਨੇ ਵੀ ਸਾਡਾ ਮਹੀਨਾ ਚੰਗਾ ਰਹੇ। ਗੁਰੂ ਨਾਨਕ ਦੇਵ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਇਹ ਕਰਮ ਕਾਂਡਾਂ ਦੀ ਪੂਜਾ ਚੋਂ ਕੱਢਣ ਹਿੱਤ ਸਾਨੂੰ ਨਾਮ ਬਾਣੀ ਦਾ ਉਪਦੇਸ਼ ਦਿੱਤਾ, ਵੀ ਨਾਮ ਬਾਣੀ ਦੇ ਨਾਲ ਹੀ ਆਨੰਦ ਹੁੰਦਾ ਹੈ। ਜੇ ਪੂਜਾ ਕਰਨੀ ਹੈ, ਨਮਸਕਾਰ ਕਰਨੀ, ਜਿਵੇਂ ਕਲਗੀ ਸਾਹਿਬ ਕਹਿੰਦੇ ਨਮੋ ਸੂਰਜ ਸੂਰਜੇ, ਸਭ ਸੂਰਜਾਂ ਨੂੰ ਖੱਟ ਜੋਤੀਆਂ ਨੂੰ ਪ੍ਰਕਾਸ਼ਣ ਵਾਲਾ ਜੋ ਸਭ ਦਾ ਪ੍ਰਕਾਸ਼ ਪਰਮੇਸ਼ਰ, ਉਹਨੂੰ ਨਮਸਕਾਰ ਹੈ। ਤੇ ਇਸੇ ਹਿੱਤ ਮਹਾਰਾਜ ਨੇ ਬਾਰਾਂਵਾਂ ਬਾਣੀ ਦੇ ਦੁਆਰਾ ਉਪਦੇਸ਼ ਬਖਸ਼ਿਆ ਏ, ਜਿਹਦੇ ਵਿੱਚੋਂ ਬਾਰਵੇਂ ਮਹੀਨੇ ਦਾ ਫੱਗਣ ਮਹੀਨੇ ਦਾ ਉਪਦੇਸ਼ ਜੋ ਸਤਿਗੁਰਾਂ ਸਾਨੂੰ ਬਖਸ਼ਿਆ, ਇਹ ਆਪਣੇ ਜੀਵਨ ਨੂੰ ਸਫਲ ਬਣਾਉਣ ਹਿੱਤ ਆਪਾਂ ਮਹਾਰਾਜ ਦੀ ਗੁਰਬਾਣੀ ਦੇ ਸੰਖੇਪ ਅਰਥ ਸਰਵਣ ਕਰੀਏ। ਆਓ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ, ਹਰਗੁਣ ਆਨੰਦ ਉਪਾਰ ਜਨਾ, ਹਰ ਸੱਜਣ ਪ੍ਰਗਟੇ ਆਏ, ਹਰਗੁਣ ਆਨੰਦ ਉਪਾਰ ਜਨਾ, ਅੱਧੀ ਅੱਧੀ ਤੁਕੀ ਪੜੇ, ਉਹ ਫਲਗੁਣ ਫੱਗਣ ਦਾ ਮਹੀਨਾ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਵੀ ਜੋ ਫੱਗਣ ਦੇ ਮਹੀਨੇ ਦੇ ਅੰਦਰ ਉਹਨਾਂ ਨੂੰ ਆਨੰਦ ਉਪਾਰ ਜਨਾ ਆ ਕੇ ਪੈਦਾ ਹੋਇਆ ਹੈ, ਉਹਨਾਂ ਦੇ ਹਿਰਦੇ ਦੇ ਵਿੱਚ ਉਹਨਾਂ ਦੇ ਅੰਦਰ ਆਨੰਦ ਖੇੜਾ ਖੁਸ਼ੀਆਂ ਪ੍ਰਾਪਤ ਹੋਈਆਂ ਹਨ। ਹਰ ਸਰ ਸੱਜਣ ਪ੍ਰਗਟੇ ਆਏ, ਜਿਹਨਾਂ ਜੀਵ ਇਸਤਰੀਆਂ ਦੇ ਜਿਹਨਾਂ ਜਗਿਆਸੂਆਂ ਦੇ ਹਿਰਦੇ ਰੂਪੀ ਘਰ ਦੇ ਵਿੱਚ ਹਰੀ ਪਰਮੇਸ਼ਰ ਜੀ ਜੋ ਸੱਜਣ ਹਨ, ਪ੍ਰਗਟੇ ਆਏ, ਆ ਕਰਕੇ ਪ੍ਰਗਟ ਹੋਏ, ਸਾਖਿਆਤ ਹੋ ਗਏ ਨੇ, ਵਸਦੇ ਨੇ ਸਾਰਿਆਂ ਚ ਹੀ ਹੈ, ਸਾਡੇ ਤੁਹਾਡੇ ਚ, ਪਰ ਜਿਹਨਾਂ ਨੂੰ ਅਨੁਭਵ ਹੋ ਗਿਆ, ਜਿਹਨਾਂ ਦੇ ਅੰਦਰ ਨੂੰ ਜਿਹਨਾਂ ਨੂੰ ਪਰਮੇਸ਼ਰ ਦੇ ਦਰਸ਼ਨ ਹੋ ਗਏ,
ਉਹਨਾਂ ਨੂੰ ਸਦਾ ਹੀ ਆਨੰਦ ਉਪਾਰ ਦੇਣਾ, ਆਨੰਦ ਹੀ ਪੈਦਾ ਹੋਇਆ, ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ। ਸੰਤ ਸਹਾਈ ਰਾਮ ਕੇ, ਜਿਹੜੇ ਸੰਤ ਹੁੰਦੇ ਨੇ ਨਾ ਨਾਮ ਜਪਣ ਵਾਲੇ, ਸਹਾਈ ਉਹ ਸਹਾਈ ਹਨ, ਸਦਾ ਹੀ ਸਹਾਇਤਾ ਕਰਦੇ ਨੇ। ਕਿਹਦੇ ਨਾਲ? ਰਾਮ ਕੇ, ਜੀਵਾਂ ਨੂੰ ਰਾਮ ਪਰਮੇਸ਼ਰ ਦੇ ਨਾਲ ਮਿਲਾਉਣ ਦੇ, ਰਾਮ ਵਾਹਿਗੁਰੂ ਦੇ ਪ੍ਰੇਮ ਨੂੰ ਪੈਦਾ ਕਰਨ ਦੇ ਲਈ ਸੰਤ ਸਹਾਈ ਹਨ। ਕਰ ਕਿਰਪਾ ਦੀਆ ਮਿਲਾ, ਜਿਹੜੇ ਸੰਤਾਂ ਦੀ ਸੰਗਤ ਵਿੱਚ ਆਏ ਨੇ, ਕਈਆਂ ਨੂੰ ਉਹਨਾਂ ਨੇ ਕਿਰਪਾ ਕਰਕੇ ਦੀਆ ਮਿਲਾਏ, ਮੇਲ ਦਿੱਤਾ ਹੈ। ਚੋਰੀਆਂ ਕਰਦਿਆਂ ਕਰਦਿਆਂ ਬਾਬਾ ਬਿਧੀ ਚੰਦ ਜੀ ਸਾਧ ਸੰਗਤ ਬਾਬੇ ਅਗਲੀ ਦੀ ਸ਼ਰਨ ਵਿੱਚ ਆ ਗਏ, ਚੋਰੀਆਂ ਛੁਡਾ ਦੀਆਂ, ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਫਿਰ ਅਖੀਰ ਕਿਹਾ ਸੀ ਵੀ ਬਿਧੀ ਚੰਦ ਸੀਨਾ ਗੁਰੂ ਕਾ ਸੀਨਾ, ਵੀ ਬਿਧੀ ਚੰਦ ਜੋ ਸੀਨਾ ਹੈ ਗੁਰੂ ਦਾ ਸੀਨਾ ਹੈ, ਸਾਡਾ ਹਿਰਦਾ ਹੈ। ਤੇ ਇਸੇ ਪ੍ਰਕਾਰ ਮਹਾਰਾਜ ਸਾਹਿਬ ਜੀ ਨੇ ਵੇਸ਼ਵਾ, ਜਿਹਨੂੰ ਕੋਈ ਲਾਗੇ ਨਹੀਂ ਸੀ ਲਾਉਂਦਾ, ਚੰਗੇ ਬੰਦੇ ਜਿਹਦੇ ਲਾਗੇ ਉਹ ਲੰਘਣਾ ਪਸੰਦ ਨਹੀਂ ਸੀ ਕਰਦੇ, ਉਹਦੇ ਕੋਲੋਂ ਨਾਮ ਜਪਾ ਕੇ ਮਹਾਂਪੁਰਖਾਂ ਨੇ, ਤੇ ਉਹ ਗਣਕਾ ਪਾਪਣ ਦਾ ਉਧਾਰ ਕਰਤਾ ਨੇ। ਏਦਾਂ ਸੰਤ ਸਹਾਈ ਜਿਹੜੇ ਨੇ, ਕਰ ਕਿਰਪਾ ਦੀਆ ਮਿਲਾਏ, ਕਿਰਪਾ ਕਰਕੇ ਬੜਿਆਂ ਨੂੰ ਉਹਨਾਂ ਨੇ ਪਰਮੇਸ਼ਰ ਨਾਲ ਮੇਲ ਦਿੱਤਾ ਹੈ। ਇਸ ਕਰਕੇ ਨਾਮ ਜਪਣ ਵਾਲਿਆਂ ਦੀ ਸ਼ਰਨ ਲਈਏ। ਸੇਵ ਸੁਹਾਵੇ ਸਰਬ ਸੁਖ, ਜਿਹੜੀ ਸਾਧ ਸੰਗਤ ਪਤੀ ਵਰਤਾ ਹੈ ਔਰਤ ਨੂੰ ਪਤੀ ਦਾ ਸੁਖ ਪ੍ਰਾਪਤ ਹੋਵੇ, ਉਹਦੀ ਸੇਜਾ ਸੋਭਨੀਕ ਹੈ। ਇਸੇ ਪ੍ਰਕਾਰ ਜਿਹੜੀ ਜਗਿਆਸੂ ਜੀਵ ਇਸਤਰੀ ਨੂੰ ਪਤੀ ਪਰਮੇਸ਼ਰ ਮਿਲ ਗਿਆ ਹੈ, ਸੇਜ ਸੁਹਾਵੀ ਉਹਦੀ ਅੰਤਹਿਕਰਨ ਰੂਪੀ ਹਿਰਦੇ ਰੂਪੀ ਜਿਹੜੀ ਸੇਜਾ ਹੈ ਨਾ, ਉਹ ਸੁਹਾਵੀ ਸੋਹਣੀ ਹੋ ਗਈ ਹੈ ਅੰਦਰ, ਸ਼ਰਧਾ ਰੂਪੀ ਵਿਛਾਈਆਂ ਵਿਛੀਆਂ ਨੇ, ਫਿਰ ਪ੍ਰੇਮ ਰੂਪੀ ਅਤੇ ਫਿਰ ਸ਼ੁਭ ਗੁਣਾਂ ਰੂਪੀ ਚੰਗੇ ਸੋਹਣੇ ਵਿਛਾਉਣੇ ਬਣੇ ਹੋਏ ਹਨ। ਹਿਰਦੇ ਰੂਪੀ ਸੇਜਾ ਸੁਹਾਵੀ ਸ਼ੋਭਨੀਕ ਹੋ ਗਈ ਹੈ, ਸਰਬ ਸੁੱਖ ਤੇ ਹਰ ਪ੍ਰਕਾਰ ਦੇ ਸੁੱਖ ਪ੍ਰਾਪਤ ਹੋ ਗਏ ਹਨ। ਹੁਣ ਦੁੱਖਾ ਨਾਹੀ ਜਾਏ, ਹੁਣ ਜਿਹੜੇ ਦੁੱਖ ਨੇ ਨਾ, ਇਹਨਾਂ ਨੂੰ ਕੋਈ ਕਹਿੰਦੇ ਵੀ ਦੁੱਖਾਂ ਨੂੰ ਜਾਏ ਜਗ੍ਹਾ ਰਹਿ ਹੀ ਨਹੀਂ ਗਈ, ਦੁੱਖ ਅੰਦਰ ਜਾਏ ਪੈਦਾ ਹੁੰਦੇ ਹੀ ਨਹੀਂ ਹਨ, ਸੁੱਖ ਹੀ ਸੁੱਖ ਬਣ ਜਾਂਦਾ ਹੈ ਜਿਹਦੇ ਅੰਦਰ ਵਾਹਿਗੁਰੂ ਦਾ ਮਿਲਾਪ ਹੋ ਗਿਆ। ਪੁੰਨੀ ਵੱਡ ਭਾਗਣੀ, ਪੁੰਨੀ ਨਾਮ ਹੈ ਸਾਧ ਸੰਗਤ ਪੁੱਜਣ ਦਾ, ਪੂਰੀ ਹੋਣ ਦਾ, ਵੀ ਉਹ ਵੱਡ ਭਾਗਣੀ ਵੱਡਿਆਂ ਭਾਗਾਂ ਵਾਲੀ ਜੀਵ ਇਸਤਰੀ ਦੀ, ਉਹਨਾਂ ਗੁਰਸਿੱਖਾਂ ਦੀ ਹਰ ਪ੍ਰਕਾਰ ਦੀ ਇੱਛਾ ਪੂਰੀ ਹੋ ਗਈ ਹੈ। ਜਿਹਨਾਂ ਨੇ ਹਰੀ ਜੋ ਰਾਏ ਰਾਜਾ ਰੂਪ, ਹਰੀ ਰਾਏ ਪ੍ਰਕਾਸ਼ ਰੂਪ ਜੋ ਪਰਮੇਸ਼ਰ ਨੂੰ ਵਰਪਤੀ ਰੂਪ ਵਿੱਚ ਪਾ ਲਿਆ, ਭਾਵ ਜਿਹੜੇ ਜੀਵ ਵਾਹਿਗੁਰੂ ਨੂੰ ਪ੍ਰਾਪਤ ਹੋ ਗਏ, ਉਹਨਾਂ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ, ਕੋਈ ਕਮੀ ਰਹਿ ਹੀ ਨਹੀਂ ਜਾਂਦੀ। ਫੇਰ ਪ੍ਰਤੱਖ ਕਿਸੇ ਬੀਬੀ ਦਾ ਵਿਆਹ ਹੋਵੇ ਤੇ ਉਹਦੀਆਂ ਜਦੋਂ ਉਹਦਾ ਪਤੀ ਵਿਆਹੁਣ ਆਉਂਦਾ ਤੇ ਸਖੀਆਂ ਸਹੇਲੀਆਂ ਮਿਲ ਕੇ ਮੰਗਲ ਗੀਤ ਗਾਉਂਦੀਆਂ ਨੇ ਨਾ, ਖੁਸ਼ੀ ਦੀਆਂ ਸੁਹਾਗ ਦੇ ਗੀਤ ਗਾਉਂਦੀਆਂ ਹਨ। ਇਸੇ ਪ੍ਰਕਾਰ ਜਿਹੜੀ ਜਗਿਆਸੂ ਰੂਪ ਸਖੀ ਨੂੰ ਪਰਮੇਸ਼ਰ ਵਿਆਹੁਣ ਵਾਸਤੇ ਆ ਗਿਆ, ਆਪਣੇ ਨਾਲ ਮੇਲਣ ਆ ਗਿਆ, ਜਿਹਦਾ ਮੇਲ ਹੋ ਗਿਆ, ਮੇਲ ਸਹੀ ਆ, ਉਹਦੀਆਂ ਸਹੇਲੀਆਂ ਭਾਵ ਗੁਰਸਿੱਖ ਪਿਆਰੇ ਜਿਵੇਂ ਆਪਾਂ ਬੈਠੇ ਹਾਂ, ਇਹ ਮਿਲ ਕਰਕੇ ਸੰਗਤ ਦੇ ਵਿੱਚ ਮੰਗਲ ਗਾਵ ਹੀ ਵਾਹਿਗੁਰੂ ਦੇ ਮੰਗਲ ਚਾਰ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੀਆਂ ਹਨ। ਗੀਤ ਗੋਵਿੰਦ ਹਲਾਏ, ਜਾਂ ਸਹੀਆਂ ਸਹੇਲੀਆਂ ਇੰਦਰੀਆਂ ਵੀ ਹਨ, ਵੀ ਉਹਦੀਆਂ ਇੰਦਰੀਆਂ ਰੂਪ ਜਿਹੜੀਆਂ ਸਹੇਲੀਆਂ ਨੇ ਨਾ, ਉਹ ਪਰਮੇਸ਼ਰ ਅਕਾਲ ਪੁਰਖ ਦੇ ਮੰਗਲ ਨੂੰ ਗਾਉਂਦੀਆਂ ਨੇ, ਪਰਮ ਨੇਤਰ ਵਾਹਿਗੁਰੂ ਦੇ ਦਰਸ਼ਨ ਕਰਦੇ ਨੇ, ਸਭ ਵਿੱਚ ਕੰਨ ਉਹਦੀ ਮਹਿਮਾ ਸੁਣਦੇ ਹਨ। ਅਤੇ ਗੀਤ ਗੋਵਿੰਦ, ਜੋ ਗੋ ਧਰਤੀ ਦਾ ਬਿੰਦ ਪ੍ਰਕਾਸ਼ਕ ਰੱਖਕ ਹੈ,
ਉਹਦੇ ਗੁਣਾਂ ਦਾ ਹੀ ਅਲਾਪ ਕਰਦੇ ਹਨ। ਅਲਾਏਵਾਲ ਹੁੰਦਾ ਜਿਹੜਾ ਉੱਚੀ ਅਲਾਪ ਕਰਕੇ ਕੁਝ ਕਰਨਾ। ਤੇ ਜੋ ਗੀਤ ਹਨ ਸਿਫਤ ਸਲਾਹ ਦੇ, ਉਹ ਵੀ ਗੋਬਿੰਦ ਪਰਮੇਸ਼ਰ ਦੇ ਹੀ ਅਲਾਪ ਦੇ ਹਨ। ਗੁਰਮੁਖ ਮਿਲ ਕੇ ਸੰਗਤ ਅੰਦਰ ਉਹਨਾਂ ਦੀ ਨਿਗਾਹ ਦੇ ਵਿੱਚ ਜਿਹੜੇ ਪਰਮੇਸ਼ਰ ਦੇ ਭਰੋਸਾ ਰੱਖਣ ਵਾਲੇ ਨੇ, ਉਹਨਾਂ ਨੂੰ ਹਰ ਪਰਮੇਸ਼ਰ ਜਿਹਾ ਉਹਦੇ ਬਰਾਬਰ ਦਾ ਅਵਰ ਹੋਰ ਕੋਈ ਨਹੀਂ ਦਿਸਦਾ। ਕਿਸੇ ਮਣੀ ਕਵਰ ਦੇਵੀ ਦੇਵਤੇ ਨੂੰ ਮਹਾਰਾਜ ਪਰਮੇਸ਼ਰ ਪਤੀ ਦੇ ਬਰਾਬਰ ਵੀ ਉਹ ਜੀਵ ਇਸਤਰੀਆਂ ਜਾਣਦੀਆਂ। ਕੋਈ ਦੂਜਾ ਲਵੈ ਨਾ ਲਾਏ, ਇਹ ਗੱਲ ਕੀ ਕੋਈ ਦੂਜਾ ਲਵੈ ਨਾ ਲਾਏ। ਲਵੈ ਨਾ ਮੈਂ ਸਦਰਸ ਦਾ ਬਰਾਬਰੀ ਦਾ ਕੋਈ ਲਾਇਆ ਹੀ ਨਹੀਂ ਜਾਂਦਾ। ਜਿਹੜੀ ਪਤੀ ਵਰਤਾ ਔਰਤ ਹੁੰਦੀ ਹੈ, ਪਤੀ ਵਰਤਾ ਧਰਮ ਵਿੱਚ ਪਰਪੱਕ, ਉਹਨੂੰ ਆਪਣੇ ਪਤੀ ਤੋਂ ਬਗੈਰ ਹੋਰ ਕੋਈ ਦੂਜਾ ਬਰਾਬਰ ਦਾ ਚੰਗਾ ਲੱਗਦਾ ਹੀ ਨਹੀਂ ਹੈ। ਇਹ ਵੀ ਜਿਹੜੇ ਗੁਰਮੁਖ ਸਖੀਆਂ ਸਹੇਲੀਆਂ ਨੇ ਜਗਿਆਸੂ ਇਸਤਰੀਆਂ, ਉਹਨਾਂ ਵਾਸਤੇ ਪਰਮੇਸ਼ਰ ਦੇ ਬਰਾਬਰ ਹੋਰ ਕੋਈ ਦੂਜਾ ਪਦਾਰਥ ਨਹੀਂ ਹੈ, ਹੋਰ ਕੋਈ ਵੀ ਦੇਵੀ ਦੇਵਤੇ ਲੱਗਦੇ ਹੀ ਨਹੀਂ ਹਨ। ਉਹਦੀ ਬਰਾਬਰੀ ਦੀ ਪਹੁੰਚ ਕਰ ਹੀ ਨਹੀਂ ਸਕਦੇ ਕੋਈ। ਫਲਤ ਫਲਤ ਸਵਾਰੇ ਉਹਨਾਂ ਦੇ ਮਹਾਰਾਜ ਨੇ ਹਲਤ ਪਲਤ ਲੋਕ ਪਰ ਲੋਕ ਸਵਾਰ ਦਿੱਤੇ ਹਨ। ਅਚਲ ਜਿਹੜੀ ਜਾਏ ਜਗ੍ਹਾ ਹੈ ਉਹ ਦਿੱਤੀਆਂ ਬਖਸ਼ੀ ਹੈ, ਭਾਵ ਆਪਣੇ ਚਰਨਾਂ ਦਾ ਨਿਵਾਸ, ਆਪਣੇ ਸਰੂਪ ਸਰੂਪ ਦੀ ਏਕਤਾ ਬਖਸ਼ ਦਿੱਤੀ ਹੈ। ਸੰਸਾਰ ਸਾਗਰ ਤੇ ਰੱਖੇ ਜੋ ਸੰਸਾਰ ਸਾਗਰ ਦੀ ਲਿਆਈ ਹੈ ਨਾ, ਜਿਹਦੇ ਵਿੱਚ ਪਦਾਰਥਾਂ ਰੂਪੀ ਪਾਣੀ ਹੈ, ਬੜਵਾ ਨਾਲ ਈਰਖਾ ਰੂਪੀ, ਤ੍ਰਿਸ਼ਨਾ ਰੂਪੀ ਬੜਵਾ ਨਾਲ ਅਗਨੀ ਹੈ, ਤੇ ਕਾਮ ਕ੍ਰੋਧ ਰੂਪੀ ਮਗਰ ਮਾਸ਼ ਹਨ। ਇਸ ਦੇ ਵਿੱਚ ਡੁੱਬਣ ਤੋਂ ਉਹਨਾਂ ਨੂੰ ਰੱਖਿਆ ਰੱਖ ਲਿਆ ਹੈ ਵਾਹਿਗੁਰੂ ਨੇ। ਮਹਾਰਾਜ ਕਹਿੰਦੇ ਸਾਡੀ ਜ਼ਬਾਨ ਤਾਂ ਇੱਕੋ ਹੀ ਹੈ ਭਾਈ, ਪਰ ਪਰਮੇਸ਼ਰ ਦੇ ਗੁਣ ਅਨੇਕਾਂ ਹੀ ਹਨ, ਬੇਅੰਤੀ ਹਨ। ਤਰੇ ਨਾਨਕ ਚਰਣੀ ਪਾ, ਜਿਨ੍ਹਾਂ ਨੇ ਆਪਣੇ ਆਪ ਨੂੰ ਚਰਨ ਸ਼ਰਨ ਵਿੱਚ ਪਾਇਆ ਹੈ ਪਰਮੇਸ਼ਰ ਦੇ, ਉਹੀ ਤਰੇ ਨੇ, ਉਹਨਾਂ ਦਾ ਹੀ ਭਲਾ ਹੋਇਆ ਹੈ। ਫਲ ਗੁਣ ਨਿਤ ਸਲਾਹੀਐ, ਫਲ ਗੁਣ ਨਿਤ ਸਲਾਹੀਐ। ਫੱਗਣ ਮਹੀਨੇ ਦੁਆਰਾ ਮਹਾਰਾਜ ਕਹਿੰਦੇ ਜੋ ਨਿਤ ਸਰੂਪ ਪਰਮੇਸ਼ਰ ਹੈ, ਉਹਨੂੰ ਨਿਤ ਹੀ ਸਲਾਹੁਣਾ ਕਰੀਏ, ਸਦਾ ਉਹਦੇ ਗੁਣ ਗਾਉਣਾ ਕਰੀਏ, ਜਾਂ ਉਹ ਮਹਾਂਪੁਰਖ ਨਿਤ ਹੀ ਉਸ ਪਰਮੇਸ਼ਰ ਨੂੰ ਸਲਾਹੁੰਦੇ ਹਨ। ਰੱਬ ਨੂੰ ਕੋਈ ਖਾਸ ਨਹੀਂ ਹੈ, ਨਾਮ ਹੀ ਨਾਮ ਜਪੀਏ ਤੇ ਉਹ ਕਿਤੇ ਛੋਟਾ ਨਹੀਂ ਹੋ ਚੱਲਿਆ, ਇਹਦੇ ਵਿੱਚ ਸਾਡੀ ਵੀ ਕਲਿਆਣ ਹੋਵੇਗੀ। ਵੇਖੋ ਨਾਮ ਜਪਿਆ, ਭਗਤ ਧਰੇ ਦੀਆਂ ਗੁਰੂਆਂ ਚਾਰੀਆਂ, ਨਾਮ ਦੇਵ ਦੀ ਛੱਪਰੀ ਬਣਾਈ, ਕਬੀਰ ਜੀ ਦਾ ਜਗ ਪੂਰਨ ਕੀਤਾ, ਧਰੂ ਜੀ ਨੂੰ ਰਾਜ ਬਖਸ਼ਿਆ, ਪ੍ਰਹਿਲਾਦ ਦੀ ਰੱਖਿਆ ਕੀਤੀ, ਜਿਨ੍ਹਾਂ ਜਿਨ੍ਹਾਂ ਨਾਮ ਜਪਿਆ ਸਭ ਦੇ ਕਾਰਜ ਨੇਪਰੇ ਚੜ ਗਏ। ਹਰ ਗੁਰ ਪੂਰਾ ਆਰਾਧਿਆ, ਜੋ ਹਰੀ ਸਰੂਪ ਗੁਰੂ ਸਾਹਿਬ ਹਨ, ਉਹਨਾਂ ਦੁਆਰਾ ਜਿਨ੍ਹਾਂ ਨੇ ਪੂਰਨ ਪਰਮੇਸ਼ਰ ਦੇ ਨਾਮ ਨੂੰ ਆਰਾਧਿਆ ਹੈ, ਦਰਗਾਹ ਸੱਚ ਹੈ, ਉਹ ਵਾਹਿਗੁਰੂ ਦੀ ਦਰਗਾਹ
ਕਰਕੇ ਦਰਗਾਹ ਵਿੱਚ ਸੱਜੇ ਨੇ, ਖਰੇ ਨਾਮ ਹੁੰਦਾ ਖਰੇ, ਖਰਾ ਭਾਵ ਕੋਈ ਖੋਟ ਨਹੀਂ ਹੈ ਉਹਨਾਂ ਦੇ ਵਿੱਚ, ਉਹ ਕਬੂਲ ਹਨ, ਉਹ ਸੁਰਖਰੂ ਹਨ, ਕੋਈ ਪਾਪਾਂ ਦਾ ਕੋਈ ਵਿਕਾਰਾਂ ਦਾ ਕਰਜ਼ਾ ਨਹੀਂ ਉਹਨਾਂ ਦੇ ਸਿਰ ਤੇ। ਸਰਬ ਸੁਖਾ ਨਿਧ ਚਰਨ ਹਾਰ, ਸਰਬ ਸੁਖਾ ਨਿਧ ਚਰਨ ਹਾਰ, ਉਹ ਸਾਰੇ ਜਿਹੜੇ ਸੁੱਖ ਨੇ ਨਾ ਉਹਨਾਂ ਸਾਰੇ ਸੁੱਖਾਂ ਦਾ ਨਿਧ ਖਜ਼ਾਨਾ ਚਰਨ ਹਾਰ, ਹਰੀ ਪਰਮੇਸ਼ਰ ਦੇ ਚਰਨ ਕਮਲ ਹਨ, ਮਹਾਰਾਜ ਦੇ ਚਰਨਾਂ ਵਿੱਚ ਹੀ ਸਾਰੇ ਸੁੱਖਾਂ ਦੇ ਖਜ਼ਾਨੇ ਨੇ। ਭਵਜਲ ਦੁੱਖ ਮਤਰੇ, ਤੇ ਜਿਨ੍ਹਾਂ ਨੇ ਪਰਮੇਸ਼ਰ ਦੇ ਚਰਨਾਂ ਦਾ ਉਹ ਆਸਰਾ ਲਿਆ ਹੈ ਉਹ ਕਠਿਨ ਸੰਸਾਰ ਸਮੁੰਦਰ ਤੋਂ ਤਰ ਕੇ ਪਾਰ ਹੋ ਗਏ ਹਨ। ਪ੍ਰੇਮ ਭਗਤ ਤਿਨ ਪਾਈਆ, ਉਹਨਾਂ ਨੇ ਮਹਾਰਾਜ ਸਾਹਿਬ ਕਹਿੰਦੇ ਪ੍ਰੇਮਾ ਭਗਤੀ ਦੀ ਦਾਤ ਪ੍ਰਾਪਤ ਕੀਤੀ ਹੈ, ਜਿਹਨਾਂ ਪ੍ਰੇਮਾ ਭਗਤੀ ਦੀ ਦਾਤ ਪ੍ਰਾਪਤ ਕੀਤੀ, ਜੋ ਪ੍ਰੇਮ ਵਿੱਚ ਭਿੱਜ ਕੇ ਨਾਮ ਜਪਦੇ ਨੇ ਸਵਾਸ ਸਵਾਸ, ਵਿਖਿਆ ਨਾਹੇ ਜਰੇ, ਉਹ ਫਿਰ ਵਿਖਿਆ ਵਿਸ਼ੇ ਵਿਕਾਰ ਕਾਮ ਕ੍ਰੋਧ ਲੋਭ ਹੰਕਾਰ ਦੀ ਅੱਗ ਦੇ ਵਿੱਚ ਨਾਹੇ ਜਰੇ ਸੜਦੇ ਨਹੀਂ, ਹਰ ਸਮੇਂ ਤੜਫਦੇ ਨਹੀਂ ਹਨ ਵਿਕਾਰਾਂ ਅੰਦਰ। ਕੂੜ ਗਏ ਦੁਬਿਧਾ ਨਸੀ, ਕੂੜ ਗਏ ਦੁਬਿਧਾ ਨਸੀ, ਉਹਨਾਂ ਦੇ ਅੰਦਰੋਂ ਕੂੜ, ਝੂਠੇ ਪਦਾਰਥ, ਝੂਠੇ ਵਿਕਾਰ, ਝੂਠੇ ਮੋਹ ਆਦਿਕ ਚਲੇ ਗਏ ਨੇ, ਤੇ ਜਿਹੜੀ ਦੁਬਿਧਾ ਸੀ ਨਾ ਦੁਰਚਿੱਤਾ ਪਾਇਆ ਇਹ ਵੀ ਅੰਦਰੋਂ ਚਲਾ ਗਿਆ ਹੈ। ਪੂਰਨ ਸੱਚ ਭਰੇ, ਪੂਰਨ ਨਵਾ ਲਾਵੋ ਸੱਚ ਪਰਮੇਸ਼ਰ ਦੇ ਨਾਮ ਨਾਲ ਹੀ ਭਰੇ ਨੇ ਅੰਦਰ, ਨਾਮ ਹੀ ਚੱਲਦਾ ਹੈ ਰੋਮ ਰੋਮ ਦੇ ਵਿੱਚ ਗੁਰਮੁਖਾਂ ਦੇ। ਪਾਰ ਬ੍ਰਹਮ ਪ੍ਰਭ ਸੇਵ ਦੇ, ਜਿਹੜੇ ਗੁਰਮੁਖ ਹਨ ਉਹਦੇ ਕੇਵਲ ਪਾਰ ਬ੍ਰਹਮ, ਜੋ ਪਾਪਾਂ ਪੁੰਨਾਂ ਤੋਂ ਪਾਰ ਪਰੇ ਬ੍ਰਹਮ ਵਿਆਪਕ ਪਰਮੇਸ਼ਰ ਪ੍ਰਭੂ ਹੈ ਉਹਦਾ ਹੀ ਸੇਵਨ ਕਰਦੇ ਨੇ, ਉਹਦੀ ਬੰਦਗੀ ਕਰਦੇ, ਸਿਮਰਨ ਕਰਦੇ ਹਨ। ਮਨ ਅੰਦਰ ਏਕ ਧਰੇ, ਤਨ ਕਰਕੇ ਵੀ ਇੱਕ ਪਰਮੇਸ਼ਰ ਨੂੰ ਸੇਵਦੇ ਨੇ ਤੇ ਮਨ ਦੇ ਅੰਦਰ ਵੀ ਇੱਕ ਵਾਹਿਗੁਰੂ ਨੂੰ ਧਰੇ ਧਰਦੇ ਟਿਕਾਉਂਦੇ ਵਸਾ ਕੇ ਰੱਖਦੇ ਹਨ। ਮਾਹ ਦਿਵਸ ਮੂਰਤ ਭਰੇ, ਮੂਰਤ ਭਾਰਾ ਕਰਕੇ ਮਾਹ ਦਿਵਸ ਮੂਰਤ ਭਰੇ, ਮੂਰਤ ਹੁੰਦਾ ਏ ਜਿਵੇਂ ਹਰ ਸੰਗਤ ਪੱਥਰ ਦੀਆਂ ਘੜੀਆਂ ਨੇ, ਤੇ ਮੂਰਤ ਹੁੰਦਾ ਮਹੂਰਤ, ਦੋ ਘੜੀਆਂ ਦਾ ਸਮਾਂ, ਜਿਹੜੇ ਨਾਮ ਜਪਦੇ ਨੇ ਉਹਨਾਂ ਦੇ ਮਾਹ ਮਹੀਨੇ ਬਾਰਾਂ ਦੇ ਬਾਰਾਂ ਮਹੀਨੇ, ਦਿਵਸ ਅਤੇ ਸਾਰੇ ਦਿਨ ਸਾਲ ਦੇ, ਅਤੇ ਮੂਰਤ ਮਹੂਰਤ ਦੋ ਘੜੀਆਂ ਦਾ ਸਮਾਂ ਭਲੇ ਨੇ ਚੰਗੇ ਸਫਲੇ ਹਨ। ਜਿਸ ਕਉ ਨਜ਼ਰ ਕਰੇ, ਜਿਨ੍ਹਾਂ ਦੇ ਉੱਤੇ ਪਰਮੇਸ਼ਰ ਆਪ ਨਜ਼ਰ ਕਰਦਾ ਹੈ, ਕਿਰਪਾ ਦ੍ਰਿਸ਼ਟੀ ਕਰ ਦਿੰਦਾ ਹੈ ਗੁਰਾਂ ਦੁਆਰਾ, ਨਾਨਕ ਨੰਗਾ ਦਰਸਦਾਨ। ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਬਾਰਾਂਮਾਂ ਦੀ ਸਮਾਪਤੀ ਕਰਦੇ ਹੋਏ ਕਹਿੰਦੇ, ਹੇ ਪਾਤਸ਼ਾਹ ਮੈਂ ਆਪ ਜੀ ਦੇ ਪਾਸੋਂ ਤੁਹਾਡੇ ਦਰਸ਼ਨਾਂ ਦਾ ਦਾਨ ਮੰਗਦਾ, ਖੈਰ ਆਪ ਮੰਗਦਾ ਹਾਂ, ਕਿਰਪਾ ਕਰੋ ਹਰੇ, ਹੇ ਹਰੀ ਪਰਮੇਸ਼ਰ ਕਿਰਪਾ ਕਰੋ ਤਾਂ ਕਿ ਤੇਰੀ ਪ੍ਰਾਪਤੀ ਹੋਵੇ, ਸੰਗਤ ਨਾਲ ਮਿਲੀਏ ਤੇ ਆਖੀਏ ਵਾਹਿਗੁਰੂ 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 ਵਾਹਿਗੁਰੂ।
ਕਾ